ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਔਰ ਵੀਰੇ ਅੱਜ ਫਿਰ ਤੁਹਾਡੇ ਨਾਲ ਲਾਈਵ ਹੋਏ ਹਾਂ। ਇੱਦਾਂ ਸਾਡੇ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਮਰੀਜ਼ ਆਉਂਦੇ ਹਨ। ਅੱਜ ਵੀ ਲੋਕ ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਏ ਹਨ। ਹਰ ਬੰਦਾ ਕੋਈ ਬਿਮਾਰ ਹੈ, ਕਿਸੇ ਦਾ ਅੱਖ ਦਾ ਪ੍ਰਸ਼ਨ ਹੋਣਾ ਹੈ, ਕਿਸੇ ਦੇ ਦਿਲ 'ਚ ਪ੍ਰੋਬਲਮ ਹੈ, ਕੋਈ ਬੱਚੇ ਛੋਟੇ ਛੋਟੇ ਆਏ ਹਨ। ਤੁਸੀਂ ਦੇਖ ਰਹੇ ਹੋ ਇਹ ਬੱਚਾ ਵੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹਾਲਤ ਵਿੱਚ ਇਸ ਬੱਚੇ ਨੂੰ ਲੈ ਕੇ ਆਏ ਨੇ ਸਾਡੇ ਕੋਲ। ਔਰ ਇਹ ਬੱਚਾ ਹੈ ਜਿਹਦੀ ਅੱਖ ਦਾ ਆਪਰੇਸ਼ਨ ਹੋਣਾ ਹੈ। ਔਰ ਇੱਦਾਂ ਲੋਕ ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਵੀਰੇ ਆਉਂਦੇ ਹਨ ਸਾਡੇ ਕੋਲ, ਤੁਸੀਂ ਦੇਖ ਰਹੇ ਹੋ ਸਭ। ਔਰ ਕੀ ਗੱਲ ਬੜੀ ਕ੍ਰਿਟੀਕਲ ਹਾਲਤ ਵਿੱਚ ਜਿਵੇਂ। ਹਾਂ ਬੇਟਾ, ਕੀ ਪ੍ਰੋਬਲਮ? ਸਾਡੇ ਪਾਪਾ ਹੈ ਨਹੀਂ ਆ ਅਤੇ ਮੰਮੀ ਸਾਡੇ ਲੱਤੋਂ ਇੱਦਾਂ ਦੀ ਆ, ਅਤੇ ਸਾਡੀ ਦਾਦੀ ਵੀ ਨਹੀਂ ਵਾਲਦੀ ਅਤੇ ਨਾਨੀ ਵੀ ਵਾਲਦੀ ਅਤੇ ਮਾਮੀ ਧੱਕੇ ਦਿੰਦੀ ਆ। ਹਾਂਜੀ, ਇਹ ਮਾਸੂਮ ਬੱਚੀ ਵੀਰੇ ਕਹਿ ਰਹੀ ਹੈ ਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਮੇਰੀ ਮੰਮੀ ਜਿਹੜੀ ਆ ਤੁਰ ਨਹੀਂ ਸਕਦੀ, ਹੈਂਡੀਕੈਪ ਹੈ, ਔਰ ਉੱਧਰ ਉਹ ਤੁਰ ਨਹੀਂ ਸਕਦੀ, ਹੈਂਡੀਕੈਪ ਹੈ। ਔਰ ਬੇਚਾਰੀ, ਆਇਓ ਭੈਣ ਜੀ, ਤੁਸੀਂ ਅੱਗੇ ਆਇਓ, ਲਿਆਓ ਮੰਮਾ ਨੂੰ ਫੜ ਕੇ ਆਪਣੀ ਨੂੰ ਅੱਗੇ ਲਿਆਓ। ਹਾਂ, ਇਹ ਵਿਚਾਰੀ ਭੈਣ ਤੁਰ ਨਹੀਂ ਸਕਦੀ ਲੱਤ ਤੋਂ। ਔਰ ਭੈਣ ਜੀ ਕੀ ਪ੍ਰੋਬਲਮ ਦੱਸੋ, ਕੀ ਦੁੱਖ ਤਕਲੀਫ ਹੈ ਹੁਣ, ਕੀ ਮਦਦ ਕਰੀ? ਮੇਰਾ ਘਰ ਵਾਲਾ ਅੱਜ ਬੜਾ ਮਰ ਗਿਆ ਤੇ ਆ ਵੇਖ ਲੈ ਫੋਟੋ ਜੀ ਉਹਦੀ, ਛੋਟੇ ਬੱਚੇ ਮੈਂ ਕੰਮ ਧੰਦਾ ਕਿੱਦਾਂ ਕਰਾਂ, ਵੇ ਛੋਟਾ ਬੱਚੇ ਆ ਤੇ ਹੋਰ ਮੈਂ ਕਿੰਨਾ ਚਿਰ ਮਰ। ਘਰ ਵਾਲਾ ਮਰ ਚੁੱਕਾ ਹੈ ਵੀਰੋ, ਤੁਸੀਂ ਦੇਖ ਰਹੇ ਹੋ ਘਰ ਵਾਲਾ ਮਰ ਚੁੱਕਾ ਹੈ। ਔਰ ਦੋ ਮਾਸੂਮ ਬੱਚਿਆਂ ਨੂੰ ਵਿਚਾਰੀ ਨੇ ਅਗਲ ਬਗਲ ਵਿੱਚ ਲੈ ਕੇ ਖੜੀ ਹੈ ਔਰ ਬਹੁਤ ਹੀ ਕ੍ਰਿਟੀਕਲ ਹਾਲਤ ਹੈ। ਵੇਖਿਓ ਇਹ ਲੋਕ ਹਨ ਵਿਚਾਰੇ, ਉਹ ਕੀ ਗੱਲ ਹੋਈ ਭੈਣ ਜੀ? ਹੁਣ ਬੇਟਾ ਤੁਸੀਂ ਸਾਡੇ ਕੋਲ ਕਿਸ ਵਾਸਤੇ ਆਏ ਹੋ? ਸਾਡੇ ਕੋਲ ਕੱਪੜੇ ਵੀ ਨਹੀਂ ਹੈਗੇ ਅਤੇ ਮਾਮੀ ਹੁਣ ਧੱਕੇ ਮਾਰਦੇ ਆ ਅਤੇ ਸਾਡੇ ਕੋਲ ਖਾਣ ਦਾ ਪ੍ਰਬੰਧ ਵੀ ਨਹੀਂ। ਖਾਣ ਵਾਸਤੇ ਵੀ ਕੁਝ ਨਹੀਂ ਹੈਗਾ, ਕੱਪੜੇ ਵੀ ਨਹੀਂ ਹੈਗੇ, ਔਰ ਧੱਕੇ ਮਾਰ ਕੇ ਬਾਹਰ ਕੌਣ ਕੱਢ ਰਿਹਾ ਤੁਹਾਨੂੰ ਪਰਿਵਾਰ? ਪਹਿਲਾਂ ਮੇਰਾ ਵੀਰ ਮੈਨੂੰ ਪਾ, ਮੇਰੇ ਵੀਰ ਨੇ ਬੱਚੇ ਪਾਲੇ ਅਤੇ ਹੁਣ ਬਗਾਨੀ ਆ ਗਈ ਤਾਂ ਧੱਕੇ ਦਿੰਦੀ ਆ ਅਤੇ ਘਰ ਵਾਲੇ ਮੇਰੇ ਸਹੁਰੇ ਵੀ ਨਹੀਂ। ਹੈਂਡੀਕੈਪ ਹੈ, ਪਰ ਇਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਹਨ ਵੀਰੇ, ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ। ਇਹ ਵੀਰ ਹੈ, ਇਹ ਵੀ ਬੜਾ ਕ੍ਰਿਟੀਕਲ ਕੇਸ ਹੈ। ਇਹ ਵੀਰ ਦਾ ਜਿਹੜਾ ਮੱਥੇ ਦੇ ਵਿੱਚ ਕੀੜੇ ਪੈ ਗਏ ਹਨ, ਆਹ ਜਿਹੜਾ ਮੱਥਾ ਹੈ ਇਹ ਮੱਥੇ ਦੇ ਅੰਦਰ ਜਿਹੜੇ ਨੇ ਕੀੜੇ ਜਿਹੜੇ ਨੇ ਉਹ ਅੰਦਰ ਬਣ ਚੁੱਕੇ ਹਨ, ਨੱਕ ਰਾਹੀਂ ਬਾਹਰ ਡਿੱਗਦੇ ਨੇ ਕੀੜੇ, ਨੱਕ ਰਾਹੀਂ ਬਾਹਰ ਡਿੱਗਦੇ। ਹਾਂ, ਇਹਦਾ ਇਹ 7-8 ਮਹੀਨਿਆਂ ਤੋਂ ਇਲਾਜ ਕਰਵਾ ਰਹੇ ਹਾਂ ਇਸ ਵੀਰ ਦਾ। ਔਰ ਬੇਟਾ ਕਿਦੋਂ ਕਦੋਂ ਡਿੱਗਦੇ, ਕਦੋਂ ਜਦੋਂ ਕੀ ਰੋਟੀ ਖਾਣ ਲੱਗਦੇ ਹੋ? ਹਾਂ ਚਲੋ, ਇਹ ਬੱਚਾ ਹੈ। ਹਾਂ ਬੇਟਾ, ਕੀ ਨਾਮ ਤੁਹਾਡਾ? ਹਾਂ, ਕੀ ਨਾਮ ਹੈ? ਹਾਂ, ਆਪਰੇਸ਼ਨ ਹੋਣਾ ਅੱਖ ਦਾ? ਕੋਈ ਨੀ, ਕੋਈ ਹੈਂਡੀਕੈਪ ਵੀ ਹੈ ਬੱਚਾ। ਇਹ ਬੱਚਾ ਤੁਰ ਵੀ ਨਹੀਂ ਸਕਦਾ ਵੀਰੇ, ਆਓ ਬੇਟਾ ਅੱਗੇ ਆਓ। ਹਾਂ, ਹੈਂਡੀਕੈਪ ਹੈ ਬੱਚਾ, ਅੱਖ ਤੋਂ ਹੀ, ਅੱਖੀ ਦਾ ਆਪਰੇਸ਼ਨ ਹੋਣਾ ਹੈ ਮਾਸੂਮ ਬੱਚਾ। ਔਰ ਇਹ ਹਾਲਾਤ ਹਨ ਵੀਰੇ, ਇੱਦਾਂ ਲੋਕ ਮਤਲਬ ਵਿਚਾਰੇ ਆਉਂਦੇ ਨੇ ਆਪਣੀਆਂ ਦੁੱਖ ਦੇ। ਭੈਣ ਜੀ ਇੱਧਰ ਹੋਇਓ ਥੋੜ੍ਹਾ ਜਿਹਾ, ਇਹ ਬੱਚੇ ਨੂੰ ਕਰਾਓ ਜਲਦੀ ਦਾਖਲਾ, ਫੜਿਓ। ਆਹ ਜਿਹੜਾ ਬੱਚਾ ਸੀਰੀਅਸ ਹੈ ਜ਼ਿਆਦਾ, ਹੈ ਗਰਮ ਹੋਇਆ ਬੜਾ। ਇਹ ਵੀਰੇ ਇੱਦਾਂ ਨੰਨੀ ਜਾਨ ਵਿਚਾਰੇ, ਇੱਦਾਂ ਲੋਕ ਰੁੱਲ ਰਹੇ ਹਨ।
ਔਰ ਇੱਥੋਂ ਦੇ ਮੰਤਰੀ ਲੀਡਰ ਜਿਹੜੇ ਨੇ ਇਸ ਦੇਸ਼ ਨੂੰ ਲੁੱਟ ਲੁੱਟ ਖਾ ਰਹੇ ਹਨ ਵੀਰ। ਇਹ ਆ ਮਸੂਮ ਬੱਚਾ ਜਰਾ ਤਪਿਆ ਹੋਇਆ ਹੈ, ਇਹਨੂੰ ਹੁਣੇ ਹੋਸਪਿਟਲ ਅਸੀਂ ਭੇਜਾਂਗੇ। ਜਾਓ ਤੁਸੀਂ ਇਹਨਾਂ ਨੂੰ ਵਰਿੰਦਰ ਹੋਸਪਿਟਲ ਲੈ ਕੇ ਜਾਓ, ਮੈਂ ਲੈਟਰ ਲਿਖ ਦਿੰਦਾ। ਹਾਂ ਜਲਦੀ ਪੜ੍ਹਨਾ, ਹੋਰ ਵੀ ਪੜ੍ਹਨਾ ਚਾਹੁੰਦੇ ਅੱਗੇ ਹੈ? ਔਰ ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ ਬੋਲੋ, ਪੜ੍ਹ ਕੇ ਕੀ ਬਣਨਾ, ਕੀ ਦਿਲ ਕਰਦਾ ਬਣਨ ਨੂੰ? ਹੈ ਕੀ ਬਣਨਾ? ਹਾਂ ਪੜ੍ਹ ਲਿਖ ਕੇ ਟੀਚਰ ਬਣਨਾ ਬੱਚੇ ਨੇ, ਸਰ ਬਣਨਾ ਚਾਹੁੰਦਾ ਹੈ, ਕਿਉਂਕਿ ਕਲਾਸ ਦੇ ਵਿੱਚ ਜਦੋਂ ਟੀਚਰ ਨੂੰ ਫੋਲੋ ਕਰਦੇ ਨੇ, ਔਰ ਬੱਚੇ ਨੇ ਕਿਹਾ ਕਿ ਪੜ੍ਹ ਲਿਖ ਕੇ। ਇਹ ਮਸੂਮ ਬੱਚਾ ਹੈਂਡੀਕੈਪ ਹੈ, ਲੱਤਾਂ ਤੋਂ ਅੱਖ 'ਚ ਪ੍ਰੋਬਲਮ ਹੈ, ਗਰੀਬ ਪਰਿਵਾਰ ਹੈ ਵੀਰ, ਔਰ ਬੱਚਿਆਂ ਦੇ ਜਿਹੜੇ ਸੁਪਨੇ ਹਨ ਉਹ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਕਿੰਨੇ ਵੱਡੇ ਸੁਪਨੇ ਹੁੰਦੇ ਹਨ। ਇਹ ਮਾਤਾ ਜੀ ਦੀ ਅੱਖ ਦਾ ਪ੍ਰਸ਼ਨ ਹੋਣਾ ਹੈ, ਅੱਜ ਮਤਲਬ ਅੱਗੇ ਉੱਥੇ ਰਹੋ ਤੁਸੀਂ, ਅੱਗੇ ਆ ਜਾਓ। ਕੀ ਚੱਕਰ ਦੱਸੋ, ਲਾਗੇ ਲਓ ਕੇ ਭਾਵਕ ਹੋ ਗਈ ਹੈ। ਚਲੋ ਬੜਾ ਦੁੱਖ ਲੱਗਦਾ ਹੈ ਵੀਰੇ ਕਿ ਜਦੋਂ ਏਦਾਂ ਲੋਕ ਵਿਚਾਰੇ ਦੁਖੀ ਹਨ। ਕੋਈ ਨੀ ਮਾਤਾ ਜੀ, ਕਰਾਉਂਦੇ ਆ ਸਾਨੂੰ ਵੀਰੇ। ਮੈਂ ਕਿੱਥੇ ਜ਼ਰੂਰ ਇੱਕ ਗੱਲ ਕਵਾਂਗਾ ਕਿ ਇੱਕ ਮਾਨਵਤਾ, ਲੋਕਾਂ ਦੀ ਮਦਦ ਕਰਨ ਦਾ ਤਰੀਕਾ ਆਪੋ ਆਪਣਾ ਤਰੀਕਾ ਹੁੰਦਾ ਹੈ। ਹੁਣ ਇਹ ਵਿਚਾਰੀ ਜਿਹੜੀ ਬਜ਼ੁਰਗ ਹੈ, ਇਹ ਮੈਨੂੰ ਆਪਣੀ ਨਾਨੀ, ਆਪਣੀ ਦਾਦੀ ਵਾਂਗੂ ਹੀ ਲੱਗਦੀ ਪਈ ਹੈ। ਇੱਕ ਸਮਝਣ ਦੀ ਗੱਲ ਹੈ, ਜਦੋਂ ਆਪਣੀ ਨਾਨੀ ਆਪਣੀ ਦਾਦੀ ਸਮਝ ਲਿਆ ਤਾਂ ਆਪਾਂ ਇਹਦਾ ਆਪਰੇਸ਼ਨ ਵੀ ਕਰਵਾਵਾਂਗੇ ਸਾਰਾ ਕੁਝ। ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰਿਆਂ ਨੂੰ ਸਾਨੂੰ ਇੱਕ ਆਪਣਾ ਪਰਿਵਾਰ ਸਮਝਣਾ ਚਾਹੀਦਾ ਹੈ। ਆਜੋ ਭਾਜੀ, ਇੱਕ ਪਰਿਵਾਰ ਸਮਝਣਾ ਚਾਹੀਦਾ ਹੈ। ਮੰਨ ਲਓ ਇਹ ਬੱਚਾ ਹੈ, ਇਹ ਅਗਰ ਮੇਰਾ ਆਪਣਾ ਬੱਚਾ ਹੋਵੇ ਤਾਂ ਜਿੰਨਾ ਮੈਨੂੰ ਉਹਦੇ ਨਾਲ ਪਿਆਰ ਆ, ਹਮਦਰਦੀ ਆ, ਉਨੀ ਹੀ ਸਾਨੂੰ ਇਹਦੇ ਨਾਲ ਆ। ਕੋਈ ਫਰਕ ਨਹੀਂ ਹੈਗਾ ਵੀਰੇ, ਕਿਉਂਕਿ ਅਸੀਂ ਇੱਕ ਪਰਿਵਾਰ ਬਣ ਚੁੱਕੇ ਹਾਂ। ਇਹ ਵਿਚਾਰੀ ਵੀ ਬਜ਼ੁਰਗ ਹੈ, ਭਾਵਕ ਹੋ ਗਈ ਹੈ, ਲਾਗੇ ਲੈ ਆਓ। ਕੋਈ ਕਰਾਉਂਦੇ ਮਾਤਾ ਜੀ ਪ੍ਰਸ਼ਨ, ਹੋਰ ਕੌਣ ਆ? ਤੁਸੀਂ ਆਓ, ਤੁਹਾਡਾ ਕੀ ਆ? ਆਜੋ ਮਾਤਾ ਜੀ, ਤੁਸੀਂ ਅੱਗੇ ਹੋ ਜਾਓ, ਇੱਧਰ ਥੋੜ੍ਹੇ ਸਾਈਡ ਤੋਂ ਹੋ ਜਾਓ। ਕਰਾਉਂਦੇ ਆ, ਭੇਜ ਦਿਓ, ਤੁਹਾਡਾ ਕੀ ਆ? ਇਹਨਾਂ ਦਾ ਵੀ ਅੱਖ ਦਾ ਪ੍ਰਸ਼ਨ ਹੋਣਾ ਹੈ ਇਹਨਾਂ ਦਾ ਵੀ, ਔਰ ਕਰਵਾ ਦਿੰਦੇ ਆ ਭਾਜੀ। ਅਪਰਸ਼ਨ ਹੋਣਾ ਹੈ ਇਹਨਾਂ ਦਾ। ਔਰ ਮੈਂ ਬੜੀ ਵਾਰ ਵੀਰੇ ਕਿਹਾ ਹੈ, ਪਿੱਛੇ ਜੋ ਬੜੀ ਵਾਰ ਆ ਵੀ ਮੁੰਡਾ ਗੁਰਸਿੱਖ ਹੈ ਵਿਚਾਰਾ, ਸਾਡੇ ਵਾਸਤੇ ਸਾਰੇ ਧਰਮ ਇੱਕ ਹਨ, ਪਰ ਜਦੋਂ ਕੋਈ ਅੰਮ੍ਰਿਤਧਾਰੀ ਬੰਦਾ ਆਉਂਦਾ ਹੈ, ਔਰ ਉਦੋਂ ਮੈਨੂੰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਚੇਤੇ ਆ ਜਾਂਦੀ ਹੈ ਵੀਰੇ। ਕਰੋੜਾਂ ਅਰਬਾਂ ਖਰਬਾਂ ਰੁਪਿਆਂ ਦੀ ਮਾਲਕ ਸ਼੍ਰੋਮਣੀ ਕਮੇਟੀ, ਜਿੰਨੇ ਗੁਰਦੁਆਰੇ ਨੇ ਪੰਜਾਬ ਦੇ, ਸਾਰਿਆਂ ਦੇ ਵਿੱਚੋਂ ਇਹ ਧਨ ਇਕੱਠਾ ਕਰਦੀ ਹੈ ਔਰ ਆਪਣੇ ਢਿੱਡਾਂ 'ਚ ਪਾਈ ਜਾ ਰਹੀ ਹੈ ਵੀਰੇ, ਸ਼੍ਰੋਮਣੀ ਕਮੇਟੀ। ਆ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸਾਰੇ ਵੀਰਾਂ ਨੂੰ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਉਣ ਔਰ ਜਦੋਂ ਇਹ ਲਟੇਰੇ ਤੁਹਾਡੇ ਘਰ ਆਉਣ ਵੋਟਾਂ ਮੰਗਣ, ਔਰ ਇਹਨਾਂ ਦੇ ਮੂੰਹ ਕਾਲੇ ਕਰਕੇ, ਇਹਨਾਂ ਦੇ ਗਲ ਦੇ ਵਿੱਚ ਛਿੱਤਰਾਂ ਦੇ ਹਾਰ ਪਾ ਕੇ ਇਹਨਾਂ ਦਾ ਸਵਾਗਤ ਕਰਿਓ। ਜਿੰਨੇ ਗੁਰਦੁਆਰਾ ਸਾਹਿਬ ਦਾ ਪਿਆ ਹੈ, ਇਹ ਲਟੇਰੇ ਚੋਰ ਲੁੱਟ ਲੁੱਟ ਖਾਈ ਜਾ ਰਹੇ ਨੇ, ਔਰ ਇੱਦਾਂ ਗੁਰਸਿੱਖ ਲੋਕ ਜਿਹੜੇ ਹਨ ਵਿਚਾਰੇ ਇੱਦਾਂ ਰੁੱਲ ਰਹੇ ਹਨ। ਇਹ ਵੇਖੋ ਕਿੱਦਾਂ ਵਿਚਾਰੀ ਗੁਰਸਿੱਖ ਭੈਣ ਹੈ,
ਉਹ ਚੋਰੋ ਲਟੇਰਿਓ ਸ਼੍ਰੋਮਣੀ ਕਮੇਟੀ ਵਾਲੇ ਬੁਚੜੋ, ਤੁਹਾਡੇ ਨਾਲੋਂ ਤਾਂ ਰਾਧਾ ਸਵਾਮੀ ਚੰਗੇ ਨੇ ਜਿਹੜੇ ਆਪਣੇ ਪੈਰੋਕਾਰਾਂ ਦੇ ਇਲਾਜ ਫ੍ਰੀ ਕਰਾਉਂਦੇ ਨੇ। ਚੋਰੋ ਤੁਹਾਡੇ ਨਾਲੋਂ ਰਾਮ ਰਹੀਮ ਸਾਧਵੀ ਕਈ ਗੁਣਾ ਚੰਗਾ ਸੀਗਾ, ਕਿਉਂਕਿ ਉਹ ਕਿਤੇ ਨਾ ਕਿਤੇ ਉਹਨੇ ਹੋਸਪਿਟਲ ਬਣਾਏ ਸੀ, ਆਪਣੇ ਪੈਰੋਕਾਰਾਂ ਦੇ ਇਲਾਜ ਫ੍ਰੀ ਕਰਾਉਂਦਾ ਸੀਗਾ। ਔਰ ਤੁਸੀਂ ਤਾਂ ਪੂਰੀ ਤਰ੍ਹਾਂ ਸਿੱਖ ਕੌਮ ਦਾ ਜਿਹੜਾ ਬੇੜਾ ਹੈ ਉਹ ਗਰਕ ਕਰ ਦਿੱਤਾ ਹੈ। ਇਹ ਵਿਚਾਰੇ ਸਿੱਖ ਲੋਕ, ਅੰਮ੍ਰਿਤਧਾਰੀ ਲੋਕ, ਆਓ ਵੇਖੋ ਪਿੱਛੇ ਵੀ ਆਓ ਭਾਅ ਜੀ ਕੀ ਪ੍ਰੋਬਲਮ, ਅੱਗੇ ਆਓ। ਹਾਂ ਦੱਸੋ ਕੀ ਆ, ਇਹ ਵੀ ਗੁਰਸਿੱਖ ਵੀਰ ਅੰਮ੍ਰਿਤਧਾਰੀ? ਹਾਂ ਜੀ, ਮੇਰੇ ਘਰਦੇ ਨੂੰ ਅਟੈਕ ਹੋਇਆ ਅਤੇ ਮੇਰਾ ਧੀ ਪੁੱਤ ਕੋਈ ਨਹੀਂ ਮੇਰੀ ਬਾਂਹ ਫੜਦਾ, ਹਾਰ ਕੇ ਮੈਂ ਰੋ ਪਿੱਟ ਕੇ ਇਹਨਾਂ ਦੀ ਮਿੰਨਤ ਆਣ ਕੇ ਕੀਤੀ ਆ। ਫਿਰ ਆਇਆ ਵਾ ਤੂੰ ਸੁਰਜੀਤ ਡਾਕਟਰ ਦੇ, ਉਹਨਾਂ ਨੇ ਘਲਾਇਆ ਸੀ ਮੈਨੂੰ ਦਵਾਈ ਦਵੂਈ ਦਿੰਦੇ ਆ ਹੁਣ, ਅਤੇ ਅੱਜ ਫਿਰ ਉੱਥੋਂ ਲੈ ਕੇ ਆਇਆ ਵਾ। ਇਹਨਾਂ ਦੀ ਮਿੰਨਤ ਸ਼ਿਕਾਇਤ ਕੀਤੀ ਆ ਵੀ ਮੇਰੇ ਘਰ ਦੀ ਦਾ ਇਲਾਜ ਹੋ ਜੇ ਅਤੇ ਮੈਂ ਰੋਟੀ ਖਾਂਦਾ ਰਹਾਂ, ਉਹਦੇ ਸਿਰ 'ਤੇ ਮੇਰੀ ਇੱਕ ਡਿਸਕ 'ਚ ਵੀ ਪ੍ਰੋਬਲਮ ਆ, ਲੱਤ 'ਚ ਵੀ ਹੋ ਗਈ ਆ, ਅਤੇ ਮੈਂ ਇੰਨੇ ਜੋਗਾ ਨਹੀਂ ਹੈਗਾ। ਤੁਸੀਂ ਇਹ ਗੁਰੂ ਰਾਮਦਾਸ ਹੋਸਪਿਟਲ ਜਿਹੜਾ ਗੁਰੂ ਦੀ ਗੋਲਕ ਤੋਂ ਬਣਿਆ ਹੈ ਉੱਥੇ ਗਏ ਸੀਗੇ? ਨਹੀਂ ਗਿਆ ਜੀ, ਮੈਂ ਉੱਥੇ ਵਿਚਾਰਾ ਜਾਣ ਵੀ ਲੋਕ ਵੀਰ ਕਿੱਦਾਂ ਪੈਸੇ ਲੈਂਦੇ ਭੈਣ ਜੀ, ਇੱਦਾਂ ਲੋਕ ਨੇ। ਹੋਰ ਇੱਥੇ ਭੈਣ ਭੈਣ ਆਇਓ, ਤੁਸੀਂ ਇੱਧਰ ਹੋ ਜਾਓ ਸਾਈਡ 'ਤੇ, ਅੱਗੇ ਇੱਧਰ ਹੋ ਜਾਓ, ਆਹ ਗੁਰਸਿੱਖ ਭੈਣ ਸਾਡੇ ਕੋਲ ਆਈ ਹੈ ਵਿਚਾਰੀ, ਇੱਧਰ ਹੋ ਜਾਓ ਬਿਠਾਇਆ ਮੇਰੇ, ਇਹ ਆਪਣੇ ਵੀਰੇ ਬੱਚੇ ਨੂੰ ਲੈ ਕੇ ਆਈ ਹੈ ਗੁਰਸਿੱਖ ਭੈਣ, ਤੁਸੀਂ ਦੇਖ ਰਹੇ ਹੋ। ਮੇਰੇ ਵਾਸਤੇ ਮੈਂ ਫਿਰ ਕਹਿੰਦਾ ਹਾਂ ਕਿ ਸਾਰੇ ਧਰਮ ਸਾਡੇ ਵਾਸਤੇ ਇੱਕ ਨੇ, ਇਨਸਾਨ ਪੈਦਾ ਹੋਏ ਹਾਂ ਔਰ ਇਨਸਾਨ ਹੀ ਮਰਨਾ ਚਾਹੁੰਦੇ ਹਾਂ, ਕੋਈ ਨਹੀਂ ਕਿ ਫਲਾਣਾ। ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹੂੰਗਾ ਕਿ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਪੈਸੇ ਚਾੜਦੇ ਹਾਂ, ਦਰਬਾਰ ਸਾਹਿਬ ਵਿਖੇ ਰੋਜ਼ ਕਰੋੜਾਂ ਰੁਪਇਆ ਚੜ੍ਹਦਾ ਹੈ, ਹੋਰ ਵੀ ਜਿੰਨੇ ਗੁਰਦੁਆਰਾ ਸਾਹਿਬ ਨੇ, ਆਹ ਸ਼੍ਰੋਮਣੀ ਕਮੇਟੀ ਜਿਹੜੇ ਲਟੇਰੇ ਦੇ ਆਗੂ ਨੇ, ਇਹ ਉਹ ਪੈਸੇ ਸਾਰੇ ਇਕੱਠੇ ਕਰਕੇ ਔਰ ਕਰੋੜਾਂ ਅਰਬਾਂ ਰੁਪਇਆ ਜਾ ਕਿੱਥੇ ਰਿਹਾ ਹੈ? ਨਾ ਤਾਂ ਇਹਨਾਂ ਨੇ ਕਿਸੇ ਦਾ ਇਲਾਜ ਫ੍ਰੀ ਕਰਨਾ, ਨਾ ਇਹਨਾਂ ਨੇ ਮਤਲਬ ਕਿਸੇ ਦੀ ਮਦਦ ਕਰਨੀ, ਔਰ ਇੱਦਾਂ ਦੇ ਲੋਕ ਰੁਲ ਰਹੇ ਹਨ। ਫਿਰ ਇਹ ਕਹਿੰਦੇ ਨੇ ਕਿ ਲੋਕ ਡੇਰਾਬਾਦ 'ਤੇ ਜਾਂਦੇ ਨੇ, ਸਿੱਖ ਡੇਰਿਆਂ 'ਤੇ ਭਟਕਦੇ ਨੇ, ਸਿੱਖ ਮਤਲਬ ਕ੍ਰਿਸ਼ਨ ਭਾਈਚਾਰੇ ਨਾਲ ਜੁੜਦੇ ਜਾ ਰਹੇ ਨੇ, ਸਿੱਖ ਫਲਾਣੇ ਡੇਰਿਆਂ 'ਤੇ ਜਾਂਦੇ ਨੇ, ਫਲਾਣੇ ਡੇਰਿਆਂ 'ਤੇ ਜਾਂਦੇ ਨੇ, ਔਰ ਪਰ ਚੋਰੋ ਲਟੇਰਿਓ ਜਦੋਂ ਤੁਸੀਂ ਆਪਣੇ ਸਿੱਖਾਂ ਨੂੰ ਇੱਦਾਂ ਰੋਲੋਗੇ? ਉਹਨਾਂ ਵਿਚਾਰੇ ਦਹਾਂ ਦਹਾਂ ਰੁਪਈਆਂ ਪਿੱਛੇ ਧੱਕੇ ਖਾਣ ਡਏ ਨੇ, ਔਰ ਕਰੋੜਾਂ ਅਰਬਾਂ ਖਰਬਾਂ ਰੁਪਇਆਂ ਨਾਲ ਗੋਲਗਾਂ ਭਰੀਆਂ ਨੇ ਜਿਹੜੀਆਂ ਤੁਸੀਂ ਆਪਣੇ ਘਰਾਂ 'ਚ ਪਾ ਰਹੇ ਹੋ, ਅਤੇ ਇਹੀ ਇਹੀ ਹਸਰ ਹੋਣਾ ਮਤਲਬ। ਸਾਡੇ ਦਲਜੀਤ ਭਾਅ ਜੀ ਵੀ ਆਏ ਨੇ ਅੱਜ ਇਹ ਨਡਾਲਾ ਤੋਂ, ਦਲਜੀਤ ਸਿੰਘ ਨਡਾਲਾ, ਬੜੇ ਅਜੀਜ਼ ਬੜੇ ਸਾਡੇ ਸੀਨੀਅਰ ਮੈਂਬਰ ਹਨ ਸਾਡੀ ਸੰਸਥਾ ਦੇ, ਅਤੇ ਇਸ ਤਰ੍ਹਾਂ ਕਰਕੇ ਭੈਣ ਜੀ ਤੁਸੀਂ ਦੱਸੋ ਤੁਹਾਡਾ ਕੀ ਪ੍ਰੋਬਲਮ ਦੱਸੋ। ਕੋਈ ਟਿਕਾਣਾ ਨਹੀਂ ਕਿਸਾ ਪਰ ਹੈ। ਹਾਂਜੀ ਮੈਂਟਲੀ ਦਿਮਾਗੀ ਪਾਗਲ ਹੈ ਬੱਚਾ ਵਿਚਾਰਾ ਮਸੂਮ ਬੇਟਾ, ਕੀ ਨਾਮ ਤੁਹਾਡਾ? ਬਿੰਨੀ। ਆ ਬੱਚਾ ਹੈ ਨਾਲ ਮਸੂਮ ਬੇਟਾ, ਕੀ ਨਾਮ ਹੈ ਤੁਹਾਡਾ? ਇਹ ਧੀਆਂ ਨੇ ਇਸ ਭੈਣ ਦੀਆਂ, ਇਹ ਧੀ ਹੈ ਔਰ ਇਹ ਤੁਹਾਡਾ ਘਰ ਵਾਲਾ? ਘਰ ਵਾਲਾ ਮਰ ਚੁੱਕਾ ਹੈ ਵੀਰ, ਅਤੇ ਬੇਟਾ ਆਪਣਾ ਡੈਡੀ ਤੁਹਾਡੇ? ਹਾਂ ਡੈਡੀ ਹੈ ਨਹੀਂ ਹੈ। ਗੁਰਸਿੱਖ ਬੱਚੇ ਵੀਰ ਇੱਦਾਂ ਰੁਲ ਰਹੇ ਹਨ, ਇਹ ਬੱਚਾ ਪਾਗਲ ਹੈ, ਭੈਣ ਸਾਡੇ ਕੋਲ ਮਦਦ ਵਾਸਤੇ ਆਈ ਹੈ। ਬੇਟਾ ਕਿਹੜੀ ਕਲਾਸ ਪੜ੍ਹਦੇ ਨੇ? ਨਹੀਂ ਪੜ੍ਹਦੇ ਨਹੀਂ। ਹੈ ਪੜ੍ਹਦੇ ਨੇ? ਅੱਛਾ ਅੱਛਾ, ਕੀ ਗੱਲ ਹੋਈ ਸੀ ਡੈਡ ਨੂੰ? ਇਮੋਸ਼ਨਲ ਹੋ ਗਈ ਹੈ ਬੱਚੀ, ਇੱਦਾਂ ਲੋਕ ਰੁਲ ਰਹੇ ਹਨ। ਇਹ ਹੈ ਸਾਡੀ ਸਿੱਖੀ,
ਇਹ ਹੈ ਸਾਡਾ ਸਿੱਖ ਭਾਈਚਾਰਾ, ਸਿੱਖ ਲੋਕ ਕਿੱਦਾਂ ਰੁਲ ਰਹੇ ਹਨ। ਇੱਧਰ ਇਹ ਬੱਚੀਆਂ ਕਿੱਧਰ ਆਈਆਂ ਨੇ? ਮੰਮੀ ਦੀ ਬਾਂਹ ਟੁੱਟ ਗਈ? ਕਿਹੜੀ ਮੰਮਾ ਟੁੱਟੀ? ਅੱਛਾ ਅੱਛਾ ਅੱਛਾ, ਚਲੋ ਕੋਈ ਨੀ ਬੇਟਾ, ਕਰਾਉਂਦੇ। ਤੁਸੀਂ ਕੀ ਲੱਗਦੀ ਇਹਨਾਂ ਤੋਂ? ਹੈਂ ਹੋਰ ਕਿੰਨੀਆਂ ਧੀਆਂ ਨੇ? ਡੈਡੀ ਇਹਨਾਂ ਦਾ ਨਹੀਂ ਆ। ਤੇ ਚਲੋ ਬੇਟਾ, ਕਿਹੜੀ ਕਲਾਸ 'ਚ ਪੜ੍ਹਦੀ? ਪੜ੍ਹਦੀ ਨੀ। ਇਹ ਹਾਲਾਤ ਹਨ ਵੀਰਿਓ, ਇੱਦਾਂ ਧੀਆਂ ਲੋਕ ਵਿਚਾਰੇ ਰੋ ਰਹੇ ਹਨ। ਹਜ਼ਾਰਾਂ ਦੇ ਹਿਸਾਬ ਨਾਲ ਰੋਜ਼ ਸਾਡੇ ਕੋਲ ਮਰੀਜ਼ਾਂ ਦੀ ਜਿਵੇਂ ਆਵਾਜਾਈ ਰਹਿੰਦੀ ਹੈ, ਰੋਜ਼ ਲੋਕ ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਉਂਦੇ ਨੇ। ਮਤਲਬ ਕੀ ਮੇਰੇ ਨਾ ਪਤਜੇ ਲੱਤ ਨੂੰ ਪੀੜ ਬੜੀ ਹੁੰਦੀ ਆ, ਬੜਾ ਇਲਾਜ ਕਰਾਇਆ ਪਰ ਮਾਨ ਨਹੀਂ ਆਉਂਦਾ। ਹਾਂਜੀ, ਆਖਰ ਆਪਰੇਸ਼ਨ ਕਰਾਣਾ, ਅਲਟਰਾਸਾਊਂਡ ਕਰਾਉਣੀ ਹੈਗੀ। ਕਰਾ ਦਿੰਦੇ ਅਲਟਰਾਸਾਊਂਡ ਮਾਤਾ ਜੀ? ਕਰਾਉਂਦੇ ਆ, ਕਰਾਉਂਦੇ ਆ, ਕੋਈ ਮਿਹਰਬਾਨੀ ਕਰਕੇ ਮੈਂ ਸਵਾਟਰ ਕਰਾਉਂਦੇ ਆ ਅਲਟਰਾਸਾਊਂਡ। ਹਾਂਜੀ ਵੀਰੋ, ਚਲੋ ਇਹ ਭੈਣ ਦੀ ਚਲੋ, ਹੁਣ ਤੁਸੀਂ ਸਾਡੇ ਕੋਲ ਕਿਸ ਵਾਸਤੇ ਆਈ? ਚਲੋ ਮੈਂ ਕਰਦਾ ਤੁਹਾਡੇ ਇੱਕ ਵੀਰੋ, ਹੋਰ ਵੀ ਗੱਲ ਇੱਥੇ ਨਾਲ ਬੜਾ ਪਿਆਰਾ ਮੈਸੇਜ ਹੈ। ਚਲੋ ਲੋਕ ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਤਾਂ ਆਉਂਦੇ ਨੇ, ਪਰ ਨਾਲ ਦੀ ਨਾਲ ਕੋਲ ਏਜਾਂ ਦੇ ਲੋਕ ਰੱਬ ਰੂਪ ਲੋਕ ਵੀ ਹਨ ਜਿਹੜੇ ਸਾਡਾ ਸਾਥ ਦਿੰਦੇ ਹਨ। ਇਹ ਨੌਜਵਾਨ ਵੀਰ ਆਏ ਹਨ, ਸਭ ਤੋਂ ਖਾਸ ਗੱਲ ਇੱਥੇ ਹੈ ਕਿ ਯੰਗਸਟਰ ਹਨ, ਨੌਜਵਾਨ ਵੀਰ ਹਨ, ਔਰ ਇਹ ਸਾਡਾ ਸਾਥ ਦੇਣ ਜਦੋਂ ਆਉਂਦੇ ਹਨ ਬੜੀ ਖੁਸ਼ੀ ਹੁੰਦੀ ਹੈ ਕਿ ਨੌਜਵਾਨ ਵੀਰਾਂ ਦੀ ਜਿਹੜੀ ਸੋਚ ਹੈ ਉਹ ਕਿੰਨੀ ਵਧੀਆ ਮਤਲਬ ਹੋ ਰਹੀ ਹੈ, ਬਣ ਰਹੀ ਹੈ ਵੀਰ। ਔਰ ਇਹ ਵੀਰ ਜੀ ਕੀ ਸੇਵਾ ਕਰ? ਇਹ ਕੋਈ ਸੇਵਾਦਾਨ ਕੀਤੀ ਹੈ ਕੋਈ 10,000 ਰੁਪਏ ਦੇ ਕਰੀਬ, ਔਰ ਰਾਮਪੁਰਾ ਪਿੰਡ ਹੈ ਵੀਰ ਜੀ ਹੋਣਾ ਦਾ, ਤੁਹਾਡਾ ਭਾਜੀ ਹਰਦੋ ਝੰਡੇ ਹੈ ਪਿੰਡ। ਕੀ ਸਭ ਨਾਮ? ਮਨਜੀਤ ਸਿੰਘ ਹੈ ਵੀਰ ਜੀ ਹੋਣਾ ਦਾ ਨਾਮ ਤੁਹਾਡਾ? ਨਿਸ਼ਾਨ ਸਿੰਘ ਔਰ ਕੁਲਵਿੰਦਰ ਸਿੰਘ। 10,000 ਰੁਪਇਆ ਵੀਰ ਦਾਨ ਕੀਤਾ ਹੈ, ਮੈਂ ਇੱਥੇ ਕੋਸ਼ਿਸ਼ ਕਰਾਂਗਾ ਚਲੋ ਕਿ ਇਹਦੇ ਵਿੱਚੋਂ ਕੁਝ ਚਲੋ ਆ ਭੈਣ ਜੀ ਹੁਣ ਆਓ, ਭੈਣ ਜੀ ਆ ਰੱਖੋ, ਬਾਕੀ ਆਪਾਂ ਦੇ 5,000 ਰੁਪਏ ਵਿੱਚੋਂ ਕੱਢ ਕੇ ਮੈਂ ਦਿੱਤਾ ਹੈ ਭੈਣ ਜੀ ਉਹਨਾਂ ਨੂੰ। ਆ ਜਾਓ ਇੱਧਰ ਸਾਈਡ 'ਤੇ ਆ ਜਾਓ। ਚਲੋ ਇਹ ਭੈਣ ਵਿਚਾਰੀ ਗੁਰਸਿੱਖ ਹੈ, ਇੱਕ ਬੱਚਾ ਪਾਗਲ ਹੈ, ਇਹ ਧੀ ਹੈ, ਇਹ ਛੋਟਾ ਮਾਸੂਮ ਨੰਨੀ ਜਾਨ, ਇੱਦਾਂ ਰੁਲ ਰਹੇ ਹਨ ਵੀਰਿਓ, ਪਿਤਾ ਹੈ ਨਹੀਂ। ਔਰ ਇੱਧਰ ਇੱਕ ਹੋਰ, ਇੱਧਰ ਇੱਕ ਹੈਂਡੀ ਕੈਪ ਭੈਣ ਆਈ ਸੀ ਇੱਧਰ, ਐਨੂ ਭੈਣ ਜੀ ਐਨੂ ਜੀ ਖੋਲ ਜਾਓ ਖੋਲ ਜਾਓ, ਆ ਜਾਓ ਅੱਗੇ ਆ ਜਾਓ ਆ ਜਾਓ ਆ ਜਾਓ ਆ ਜਾਓ, ਧਿਆਨ ਨਾ ਧਿਆਨ ਨਾ ਕੋਈ ਗੱਲ ਨਹੀਂ ਆ ਲਓ। ਔਰ ਇਹਨਾਂ ਨੂੰ ਵੀ ਮੈਂ ਕੁਝ ਸੇਵਾ ਚਲੋ ਦੇਵਾਂਗਾ। ਵੈਸੇ ਕੀ ਲੈਣ ਤੁਸੀਂ, ਰਾਸ਼ਨ ਵਗੈਰਾ ਲੈਣ ਆਏ ਜੀ? ਕੀ ਕੋਈ ਨਹੀਂ ਬੈਠੋ, ਚਲੋ ਕਰਦੇ ਹਾਂ ਥੋੜ੍ਹਾ ਬੱਚੀ ਨੂੰ। ਆ ਲਓ ਬੇਟਾ, ਬਾਕੀ ਤੁਸੀਂ ਪੈਸੇ ਕੋਲ ਰੱਖੋ, ਬਾਕੀ ਸਮਾਨ ਸਾਰਾ ਤੁਹਾਨੂੰ ਲੈ ਕੇ ਦਿੰਦੇ ਹਾਂ, ਠੀਕ ਹੈ? ਬੈਠੋ ਕੋਈ ਗੱਲ ਨਹੀਂ। ਹਾਂ, ਹੋਰ ਤੁਸੀਂ ਬਹੁਤ ਕੀ ਗੱਲ ਦੱਸੋ? ਲਾਗੀ ਹੈ ਮੰਮੀ ਦਾ ਆਪਰੇਸ਼ਨ ਕਰਾਉਣਾ, ਤੇ ਭਰਾ ਦੇ ਸਿਰ ਤੇ ਖਰਚਾ ਨਹੀਂ ਚੁੱਕਿਆ, ਇਹਦਾ ਪਾਪਾ ਵੀ ਪੂਰੇ ਹੋ ਗਏ ਆ ਤੁਹਾਡੇ? ਹਾਂਜੀ, ਪਾਪਾ ਵੀ ਪੂਰੇ ਹੋ ਗਏ, ਤੇ ਮੰਮੀ ਦਾ ਆਪਰੇਸ਼ਨ ਕਰਾ, ਪੈਸੇ ਹੈ ਨਹੀਂ ਸਾਡੇ ਕੋਲ। ਕੋਈ ਨਹੀਂ, ਕਰਾ ਦਿੰਦੇ ਆ। ਭੈਣ ਜੀ ਕੀ ਗੱਲ ਦੱਸੋ? ਸੇਵਾ ਵੀ ਕਰਨਾ ਚਾਹੁੰਦੀ ਸਾਡੀ, ਤੁਸੀਂ ਇੱਥੇ ਸਾਡੀ ਸੇਵਾ ਕਰੋਗੇ ਲੋਕਾਂ ਦੀ, ਹਨਾ? ਇਹ ਵੀਰੇ ਬੜੀ ਜਿਹੜੀ ਭੈਣ ਹੈ, ਇੱਕ ਬੜੀ ਹੀ ਇਹਦੀ ਸੋਚ ਜਿਹੜੀ ਹੈ ਉੱਚੀ ਹੈ ਇਹ ਬੱਚੀ ਵਿਚਾਰੀ। ਔਰ ਇਹ ਪਹਿਲਾਂ ਵੀ ਸਾਡੇ ਕੋਲ ਇੱਕ ਦਿਨ ਆਈ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਮੈਂ ਇੱਥੇ ਲੋਕਾਂ ਦੀ ਸੇਵਾ ਕਰਿਆ ਕਰਨੀ ਆ। ਇਹ ਬੱਚੀ ਲੱਗ ਲੈ, ਕੀ ਤੁਹਾਡੇ ਮਨ 'ਚ ਆਇਆ ਤੁਸੀਂ ਕਿਸੇ ਮੈਂ ਸੇਵਾ ਕਰੀ? ਮੰਮੀ
ਕਿਹਾ ਸੀ ਮੈਂ ਕੰਮ ਤੇ ਲੱਗਣਾ ਤੇ ਮੁੰਡੇ ਨੂੰ ਲਵਾ ਦੋ ਤੇ ਮੰਮੀ ਕਹਿੰਦੇ ਸੀ ਲੱਗ ਜਾ ਚਲੋ ਠੀਕ ਹਾਂਜੀ ਮੈਂ ਕਿਹਾ ਸੇਵਾ ਕਰ ਕੋਈ ਨੀ ਭੈਣ ਜੀ ਤੁਸੀਂ ਮਤਲਬ ਕੀ ਕਰਦਾ ਤੁਹਾਡਾ ਘਰ ਵਾਲਾ ਲੱਗ ਗਿਆ ਘਰ ਵਾਲਾ ਪੂਰਾ ਹੋ ਗਿਆ ਚਲੋ ਅੱਖ ਦਾ ਪ੍ਰਸ਼ਨ ਹੋਣਾ ਹੈ ਵੀਰੇ ਚਲੋ ਦੇਖਾਂਗੇ ਆਪਾਂ ਸਾਰਾ ਇੱਧਰ ਆਏ ਬੱਚੇ ਕਿੱਧਰ ਆਏ ਨੇ ਥੋੜ੍ਹਾ ਜਿਹਾ ਆਏ ਭੈਣ ਜੀ ਕੋਈ ਗੱਲ ਨਹੀਂ ਤੁਹਾਨੂੰ ਇਹ ਬੱਚੇ ਬਹੁਤ ਦੱਸੋ ਕੀ ਪ੍ਰੋਬਲਮ ਤੁਹਾਡੀ ਆਓ ਲੱਗ ਗਏ ਹਾਂ ਬੋਲੋ ਮੇਰੇ ਪਾਪਾ ਨੇ ਠੀਕ ਆ ਅੱਛਾ ਤੇ ਉਹ ਕਰੇ ਆ ਤੇ ਦਿਹਾੜੀ ਦਾ ਪਾਈ ਕਰਦੇ ਆ ਨਾ ਠੀਕ ਨਹੀਂ ਕਿ ਡੈਡ ਨਹੀਂ ਨਹੀਂ ਦਿਹਾੜੀ ਦਾ ਪਕਾ ਦੇ ਤੇ ਕਿਹੜੀ ਕਲਾਸ ਪੜਦੇ ਹੋ ਤੁਸੀਂ ਪੜਨਾ ਜੀ ਪੜਦੇ ਨਹੀਂ ਕਿਉਂ ਦੱਸੋ ਕਿ ਹਾਂ ਵੀਰੇ ਬੱਚੀ ਭਵਕ ਹੋ ਗਈ ਹੈ ਸਕੂਲ ਪੜ੍ਹਨਾ ਚਾਹੁੰਦੀ ਹੈ ਪਰ ਫੀਸ ਨਹੀਂ ਹੈਗੀ ਔਰ ਪੜ੍ਹ ਨਹੀਂ ਸਕਦੀ ਇਹ ਲੋਕਾਂ ਦੀਆਂ ਵਿਚਾਰੀਆਂ ਦੁੱਖ ਤਕਲੀਫਾਂ ਹਨ ਦੇਖੋ ਬੱਚੀ ਲੱਗ ਲੈ ਹਾਂ ਬੇਟਾ ਕੀ ਕਿਹੜੀ ਕਲਾਸ 'ਚ ਵੈਸੇ ਪੜ੍ਹਦੇ ਤੁਸੀਂ ਹੈਂ ਗਏ ਨਹੀਂ ਸਕੂਲ ਹੀ ਨਹੀਂ ਗਏ ਅੱਜ ਤੱਕ ਉੱਦਾਂ ਪੜ੍ਹਨਾ ਚਾਹੁੰਦੇ ਹੋ ਕੀ ਕੀ ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ ਹੈਂ ਟੀਚਰ ਟੀਚਰ ਬਣਨਾ ਚਾਹੁੰਦੀ ਹੈ ਬੱਚੀ ਅੱਖਾਂ 'ਚ ਅਥਰੂ ਹਨ ਵੀਰ ਔਰ ਬੱਚੀ ਪੜ੍ਹ ਕੇ ਟੀਚਰ ਬਣਨਾ ਚਾਹੁੰਦੀ ਹੈ ਪਰ ਹੁਣ ਤੱਕ ਸਕੂਲ ਨਹੀਂ ਗਈ ਇਹ ਹੈ ਮੇਰਾ ਭਾਰਤ ਮਹਾਨ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਵੀਰੇ ਆ ਤੁਹਾਡੇ ਸਾਹਮਣੇ ਹੈ ਆ ਵੇਖੋ ਬੱਚੀ ਦੀਆਂ ਅੱਖਾਂ 'ਚ ਅੱਥਰੂ ਨੇ ਪੜ੍ਹਨਾ ਚਾਹੁੰਦੀ ਹੈ ਟੀਚਰ ਬਣਨਾ ਚਾਹੁੰਦੀ ਹੈ ਪਰ ਪੈਸੇ ਨਹੀਂ ਹੈਗੇ ਔਰ ਸਕੂਲ ਨਹੀਂ ਗਈ ਇਹ ਦੇਸ਼ ਹੈ ਸਾਡਾ ਇਹ ਸ਼ਰਮ ਆਉਣੀ ਚਾਹੀਦੀ ਹੈ ਇੱਥੋਂ ਦੇ ਭ੍ਰਿਸ਼ਟ ਲੀਡਰਾਂ ਨੂੰ ਇੱਥੋਂ ਦੇ ਜਿਹੜੇ ਚੋਰ ਲਟੇਰੇ ਇੱਥੋਂ ਦੇ ਸਿਆਸਤਦਾਨ ਹਨ ਇੱਥੋਂ ਦੀ ਅਫਸਰਸ਼ਾਹੀ ਹਨ ਸਾਰਾ ਪੈਸਾ ਲੁੱਟ ਲੁੱਟ ਕੇ ਇਸ ਦੇਸ਼ ਦਾ ਇਹਨਾਂ ਬਾਹਰਲੀਆਂ ਬੈਂਕਾਂ 'ਚ ਜਮ੍ਹਾਂ ਕਰਾਇਆ ਹੈ ਔਰ ਇਹ ਹਾਲਾਤ ਹਨ ਬੱਚੇ ਇੱਦਾਂ ਰੁਲ ਰਹੇ ਹਨ ਜਿਸ ਦੇਸ਼ ਦੇ ਵਿੱਚ ਕੋਈ ਸਕੂਲ ਨਹੀਂ ਕੋਈ ਚੰਗਾ ਹੈਗਾ ਸਰਕਾਰੀ ਸਕੂਲ ਸਿਰਫ ਇੱਕ ਨਾਂ ਦੇ ਸਕੂਲ ਹਨ ਵੀਰੇ ਅਤੇ ਚਲੋ ਕੋਈ ਨਹੀਂ ਪੈਂਚ ਕੋਈ ਨਹੀਂ ਬੇਟਾ ਤੁਹਾਡਾ ਕਰਾਉਂਦੇ ਹਾਂ ਤੁਸੀਂ ਇਹਨਾਂ ਦੇ ਸਿਸਟਰ ਹੋ ਤੁਸੀਂ ਜਾਂਦੇ ਸਕੂਲ ਅੱਛਾ ਨਹੀਂ ਸਕੂਲ ਗਏ ਨਹੀਂ ਤੁਸੀਂ ਉੱਦਾਂ ਕਿਹੜੀ ਕਲਾਸ ਤੱਕ ਜਾਂਦੇ ਰਹੇ ਸਕੂਲ ਕੋਈ ਨਹੀਂ ਆਓ ਬੇਟਾ ਇੱਧਰ ਆ ਜਾਓ ਕੋਈ ਨਹੀਂ ਕੋਈ ਤੁਸੀਂ ਮਦਦ ਵਾਸਤੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਆਪਣੀ ਦੱਸੋ ਕਰੋ ਕੁਝ ਕਹਿਣਾ ਚਾਹੁੰਦੇ ਹੋ ਬੋਲੋ ਕੋਈ ਨਹੀਂ ਸਕੂਲੇ ਪੈਣਾ ਹੈ ਵਰਦੀਆਂ ਵਰਦੀਆਂ ਲੈਣੀਆਂ ਹਨ ਔਰ ਸਾਡੀ ਮਦਦ ਕੀਤੀ ਜਾਵੇ ਇਹ ਬੱਚਿਆਂ ਨੇ ਬੇਟਾ ਤੁਸੀਂ ਤੁਸੀਂ ਵੀ ਨਾਲ ਹੀ ਇਹਨਾਂ ਦੇ ਆਏ ਅੱਛਾ ਤੁਹਾਡਾ ਕੀ ਨਾਮ ਹੈ ਗੁਰਪ੍ਰਤਾਪ ਡੈਡੀ ਨੂੰ ਕੀ ਗੱਲ ਹੈ ਮਤਲਬ ਤੇ ਇੱਧਰ ਇਹ ਧੀਆਂ ਆਈਆਂ ਹਨ ਇੱਧਰ ਆਓ ਆਓ ਬੇਟਾ ਹਾਂ ਦੱਸੋ ਤੁਸੀਂ ਕੀ ਪ੍ਰੋਬਲਮ ਤੁਹਾਡੀ ਆਜੋ ਹਾਂ ਆਜੋ ਅੱਗੇ ਆਜੋ ਮਸੂਮ ਬੱਚੇ ਆਉਂਦੇ ਹਨ ਵੀਰੇ ਆਪਣੀਆਂ ਆਸ ਲੈ ਕੇ ਸਾਡੇ ਕੋਲ ਆਉਂਦੇ ਹਨ ਹਾਂ ਕੀ ਪ੍ਰੋਬਲਮ ਪੈਂਦੀ ਕੋਈ ਨਹੀਂ ਆਰਾਮ ਦੇ ਨਾਲ ਧੱਕੇ ਨਾਲ ਕੀ ਪ੍ਰੋਬਲਮ ਘਰ ਵਾਲਾ ਤੁਹਾਡਾ ਹਾਂਜੀ ਕੋਈ ਨਹੀਂ ਕਰਦੇ ਹਾਂ ਗੱਲ ਹਾਂਜੀ ਸਭ ਵੀਰੇ ਤੁਹਾਡੇ ਸਾਥ ਨਾਲ ਹੈ ਤੁਸੀਂ ਜੁੜੇ ਹੋ ਔਰ ਇਹ ਸੇਵਾ ਹੋ ਰਹੀ ਹੈ ਔਰ ਇਹ ਵੀਰ ਜੀ ਹੋਣਾਂ ਨੇ ਚਲੋ ਉਹ ਸੇਵਾ ਦਾਨ ਕੀਤੀ ਹੈ ਭਾਜੀ ਹੋਣਾਂ ਨੇ ਇੱਦਾਂ ਦੇ ਲੋਕਾਂ ਦੇ ਸਾਥ ਨਾਲ ਹੀ ਇਹ ਸੇਵਾ ਵਰਕ ਹੋ ਰਿਹਾ ਹੈ ਹੁਣ ਜ਼ਿਆਦਾ ਮਰੀਜ਼ ਹੋਣ ਕਰਕੇ ਵੀਰਿਓ ਮਰੀਜ਼ ਜ਼ਿਆਦਾ ਹੋਣ ਕਰਕੇ ਅਸੀਂ ਇਹ ਸਾਹਮਣੇ ਹੋਸਪਿਟਲ ਬਣਾ ਰਹੇ ਹਾਂ ਇਹ ਹੋਸਪਿਟਲ ਜੋ ਸਾਡੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਹੋਸਪਿਟਲ ਹੈ ਦੇਣ ਦੁਖੀ ਬਹੁਤ ਸਾਰੇ ਲੋਕਾਂ ਵਾਸਤੇ ਹੈ ਕਿਉਂਕਿ ਮਰੀਜ਼ ਜ਼ਿਆਦਾ ਸਨ ਔਰ ਜ਼ਿਆਦਾ ਮਰੀਜ਼ ਹੋਣ ਕਰਕੇ ਇਹ ਹੋਸਪਿਟਲ ਜਿਹੜਾ ਹੈ ਉਹ ਅਸੀਂ ਬਣਾ ਰਹੇ ਹਾਂ ਵੀਰੇ ਸਭ ਤੁਹਾਡੇ ਸਾਥ ਨਾਲ ਹੈ ਹਾਂਜੀ ਔਰ
ਹੁਣ ਇੱਥੇ ਮੈਂ ਇੱਕ ਹੋਰ ਵੀ ਇੱਧਰ ਹੋਇਆ ਮਾੜਾ ਜਿਹਾ ਬੇਟਾ ਐਨ ਹੋਏ ਮੈਨੂੰ ਲੰਘ ਲੈਣ ਦਿਓ ਅੱਗੇ ਤੋਂ ਮੱਠ ਲੰਘ ਲੈਣ ਦਿਓ ਤੁਹਾਡੇ ਕੀ ਟੈਸਟ ਵਗੈਰਾ ਗਿਆ ਨਾ ਜਿਹੜੇ ਹਾਂਜੀ ਤੁਸੀਂ ਬੇਟਾ ਦੱਸੋ ਕੀ ਹਾਂ ਹਾਂ ਬੋਲੋ ਵਰਦੀ ਨੀ ਹੈਗੀ ਵਰਦੀਆਂ ਨੀ ਹੈਗੀਆਂ ਸਕੂਲੋਂ ਕੱਢਿਆ ਹੈ ਕੋਈ ਨੀ ਬਾਜੂ ਕਰਦੇ ਆਪਾਂ ਇੱਧਰ ਇਹ ਬੱਚੇ ਨੇ ਕਿੱਥੇ ਜਾਣਾ ਉੱਥੇ ਕਦੋਂ ਜਾਣਾ ਹਾਂ ਆ ਲੋ ਆ ਬੇਟਾ ਆ ਲੋ ਇਹ ਮੱਥੇ ਦੇ ਵਿੱਚ ਕੀੜੇ ਪੈ ਗਏ ਨੇ ਵੀਰ ਦੇ ਉਹ ਨੱਕ ਥਲੀ ਬਾਹਰ ਡਿੱਗਦੇ ਨੇ ਔਰ ਇਹਦਾ ਇਲਾਜ 6-7 ਮਹੀਨੇ ਤੁਸੀਂ ਕਰ ਰਹੇ ਆ ਹੁਣ ਇਹਨੇ ਫਿਰ ਪੈਸੇ ਦਿੱਤੇ ਨੇ ਚੰਡੀਗੜ੍ਹ ਜਾਣਾ ਬਹਿ ਜਾਓ ਜੀ ਪੈਸੇ ਮੈਂ ਬਾਅਦ 'ਚ ਗਿਣਤੀ ਕਰਕੇ ਹੋਰ ਜੇ ਲੋੜ ਹੈ ਤਾਂ ਦੱਸ ਦਿਓ ਇੱਧਰੋਂ ਹੀ ਬੇਟਾ ਕਿਉਂ ਹਾਂ ਬੇਟਾ ਇੱਧਰੋਂ ਹੀ ਦੋ ਮਿੰਟ ਇਹ ਭੈਣ ਜੀ ਹੈ ਨਾ ਇੱਧਰੋਂ ਘੁਮਾਇਓ ਇਹਦੀਆਂ ਅੱਖਾਂ ਦਾ ਪ੍ਰਸ਼ਨ ਹੋਣਾ ਹੈ ਭੈਣ ਦੀਆਂ ਦਾ ਇਹਦਾ ਇਲਾਜ ਚੱਲਦਾ ਪਿਆ ਹੈ ਚਲੋ ਮੈਂ ਵਾਰੀ ਵਾਰੀ ਮੈਂ ਵਿਖਾਉਂਦਾ ਵੀਰੇ ਇੱਧਰ ਅੱਗੇ ਨਾ ਇੱਥੇ ਜਿਹੜਾ ਸਭ ਤੋਂ ਖਾਸ ਜਿਹੜੀ ਗੱਲ ਹੈ ਕਿ ਇੱਥੇ ਇੱਧਰ ਮੇਰੇ ਵੱਲ ਕਰੋ ਕੈਮਰਾ ਸਭ ਵੀਰੇ ਤੁਹਾਡੇ ਸਾਥ ਨਾਲ ਹੈ ਤੁਸੀਂ ਜੁੜੇ ਹੋ ਚਲੋ ਹੁਣ ਅਸੀਂ ਕੰਮ ਵੀ ਕਰਨਾ ਹੈ ਇੰਨਾ ਸਮਾਂ ਨਹੀਂ ਕਿ ਵੀਡੀਓ ਦੇ ਵਿੱਚ ਪਰ ਮੈਂ ਕਿ ਇੱਕ ਇੱਥੇ ਹੋਰ ਵੀ ਬੜਾ ਪਿਆਰਾ ਮੈਸੇਜ ਤੁਹਾਨੂੰ ਦੇਣ ਜਾ ਰਿਹਾ ਹਾਂ ਆਹ ਤੁਸੀਂ ਦੇਖੋਗੇ ਔਰ ਆਹ ਮੈਡੀਕਲ ਸਟੋਰ ਨਹੀਂ ਖੋਲ੍ਹਿਆ ਖੋਲ੍ਹੋ ਜਲਦੀ ਆਹ ਦੇਖੋ ਲੋਕ ਇੱਥੇ ਜਿਹੜਾ ਆਹ ਵੀਰ ਜੀ ਹਨ ਦਵਿੰਦਰ ਵੀਰ ਜੀ ਸਾਡੇ ਇਹ ਭਾਜੀ ਹੁਣੀ ਔਰ ਇਹ ਇੱਥੇ ਡੇਲੀ ਲੰਗਰ ਲਾਉਂਦੇ ਹਨ ਆਹ ਇਹਨਾਂ ਨੇ ਟਰਾਲੀ ਦੇ ਵਿੱਚ ਬਣਾਇਆ ਹੈ ਪੂਰਾ ਵਧੀਆ ਸਿਸਟਮ ਬਣਾਇਆ ਹੈ ਔਰ ਇਹ ਡੇਲੀ ਜਿਹੜੇ ਸਾਡੇ ਮਰੀਜ਼ ਹੁੰਦੇ ਹਨ ਉਹਨਾਂ ਨੂੰ ਲੰਗਰ ਛਕਾਉਂਦੇ ਹਨ ਵੀਰੇ ਆਹ ਦੇਖ ਰਹੇ ਹੋ ਮਾਤਾ ਤੁਸੀਂ ਕੀ ਕਿਸ ਵਾਸਤੇ ਆਈ ਪ੍ਰੋਬਲਮ ਕੀ ਕਨੈਕਸ਼ਨ ਖਰਾਬ ਆ ਬ੍ਰੇਨ ਖਰਾਬ ਆ ਆ ਬ੍ਰੇਨ ਮਾਤਾ ਜੀ ਸਾਡੇ ਕੋਲ ਦਵਾਈ ਬ੍ਰੇਨ ਚੈੱਕ ਕਰਾਉਣ ਆਏ ਨੇ ਦਿਮਾਗ ਕਹਿ ਰਹੇ ਨੇ ਕੀ ਆ ਦੋ ਦਿਲ ਚ ਕੀ ਦਿਮਾਗ ਚ ਪ੍ਰੋਬਲਮ ਇਹ ਨਾ ਬ੍ਰੇਨ ਗਰਮ ਹੋ ਜਾਂਦੀ ਹੈ ਅੱਛਾ ਅੱਛਾ ਇਹ ਮਾਤਾ ਜੀ ਦੇ ਦਿਮਾਗੀ ਨੁਕਸ ਹੈ ਔਰ ਇਹ ਮਾਤਾ ਜੀ ਕੀ ਦੱਸੋ ਇਹ ਮੇਰੀ ਪੋਤਰੀ ਹੈ ਹਾਂ ਹਾਂ ਤੇ ਇਹਦੀ ਮਾਂ ਜਿਹੜੀ ਹੈ ਨਾ ਹਾਂਜੀ ਹਾਂਜੀ ਪਿਓ ਨੇ ਛੱਡ ਕੇ ਤੇ ਹੁਣ ਸ਼ਾਬੀ ਕਿਤਾਬੀ ਨੇ ਇਹਨੂੰ ਹੁਣ ਮੈਂ ਪੜ੍ਹਨੇ ਪਾਇਆ ਇਹਦੀ ਫੀਸ ਵੀ ਤੱਕ ਕੋਈ ਨਹੀਂ ਇਹਦੀ ਮਾਂ ਛੱਡ ਕੇ ਚਲੀ ਗਈ ਹੈ ਔਰ ਪਿਤਾ ਹੈ ਨਹੀਂ ਗਾ ਔਰ ਮਾਂ ਛੱਡ ਕੇ ਚਲ ਗਈ ਹੈ ਔਰ ਬੱਚੀ ਦੀ ਫੀਸ ਹੈ ਬੇਟਾ ਸਕੂਲ ਜਾਣਾ ਤੁਸੀਂ ਹੈ ਚਲੋ ਬੈਠਾ ਹੋ ਇੱਧਰ ਤੇ ਇਹ ਵੀਰ ਹੈ ਕਿਵੇਂ ਮੈਨੂੰ ਸਾਹ ਨੁਕਸ ਹੈ ਜੀ ਇਹ ਸਾਹ ਦਾ ਨੁਕਸ ਹੈ ਪਰ ਮੈਂ ਵੀਰੇ ਤੇਰੀ ਸਭ ਤੋਂ ਖਾਸ ਗੱਲ ਹੈ ਮੈਂ ਤੁਹਾਨੂੰ ਉਹ ਦੱਸਣੀ ਸੀ ਵੀ ਜਿਹੜੇ ਸਾਡੇ ਮਰੀਜ਼ ਹਨ ਉਹਨਾਂ ਨੂੰ ਲੰਗਰ ਵੀ ਸਿਖਾਇਆ ਡੇਲੀ ਸਿਖਾਇਆ ਜਾਂਦਾ ਹੈ ਇਹਨਾਂ ਵੀਰ ਜਿਹਨਾਂ ਵੱਲੋਂ ਔਰ ਇੱਧਰ ਜਿਵੇਂ ਲੋਕ ਲੰਗਰ ਛਕ ਰਹੇ ਹਨ ਤੁਸੀਂ ਦੇਖ ਰਹੇ ਹੋ ਔਰ ਇੱਧਰ ਦਵਾਈਆਂ ਦਾ ਲੰਗਰ ਵੀ ਲੱਗਾ ਹੈ ਵੀਰੇ ਇੱਧਰ ਵੀਰ ਜੀ ਇਹ ਦਵਾਈਆਂ ਦਾ ਲੰਗਰ ਵੀ ਲੱਗਾ ਹੈ ਇੱਧਰ ਜਿਵੇਂ ਸਾਡਾ ਮੈਡੀਕਲ ਸਟੋਰ ਹੈ ਔਰ ਇਹ ਮੈਡਮ ਨੇ ਫਾਰਮਾਸਿਸਟ ਮੈਡਮ ਨੇ ਜਿਹੜਾ ਤੁਸੀਂ ਦੇਖ ਰਹੇ ਹੋ ਮੈਡੀਸਨ ਵਗੈਰਾ ਸਾਰਾ ਦਿਨ ਲੋਕ ਇੱਥੋਂ 400-500 ਦੇ ਕਰੀਬ ਲੋਕ ਮੈਡੀਸਨ ਖੜਦੇ ਹਨ ਵੀਰੇ ਤੁਸੀਂ ਦੇਖ ਰਹੇ ਹੋ ਕਿਵੇਂ ਲੋਕ ਮੈਡੀਸਨ ਇੱਕ ਬੰਨੇ ਬਾਬੇ ਨਾਨਕ ਦਾ ਲੰਗਰ ਲੱਗਾ ਹੈ ਔਰ ਇੱਕ ਬੰਨੇ ਮਤਲਬ ਦਵਾਈਆਂ ਦਾ ਜਿਹੜਾ ਲੰਗਰ ਲੱਗ ਚੱਲਿਆ ਹੈ ਹਾਂਜੀ ਭਾਈ ਮਿਲ ਰਹੀ ਦਵਾਈ ਹਾਂਜੀ ਹਾਂਜੀ ਕੋਈ ਨਹੀਂ ਮਾਤਾ ਜੀ ਸਭ ਦਵਾਈ ਲੈਣ ਲੋਕ ਲੈਣਾ 'ਚ ਖੜੇ ਹਨ ਔਰ ਇੱਧਰਲੀ ਸਾਈਡ 'ਤੇ ਲੋਕ ਲੰਗਰ ਛਕ ਰਹੇ ਹਨ ਵੀਰੇ ਆਪਣੇ ਆਪ ਦੇ ਵਿੱਚ ਇੱਕ ਬੜਾ ਪਿਆਰਾ ਬੜਾ ਵੱਡਾ ਮੈਸੇਜ ਹੈ ਕਿ ਲੋਕ ਜਿਹੜੇ ਨੇ
ਇਹ ਵੀਰ ਜੀ ਦਵਿੰਦਰ ਵੀਰ ਜੀ ਹਨ, ਸ਼ੂਗਰ ਮਿਲ ਤੋਂ ਭੱਠੇ ਤੋਂ ਡੇਲੀ ਲੰਗਰ ਲੈ ਕੇ ਆਉਂਦੇ ਨੇ। ਰਜਿੰਦਰ ਭਾਜੀ ਹਨ ਜਿਨ੍ਹਾਂ ਦਾ ਸ਼ੂਗਰ ਮਿਲ ਤੇ ਭੱਠਾ ਹੈ ਗੁਰਦਾਸਪੁਰ ਰੋਡ ਤੇ ਬਟਾਲਾ। ਔਰ ਇਹ ਭਾਜੀ, ਭਾਜੀ ਕਿਵੇਂ ਲੱਗਦਾ ਤੁਹਾਨੂੰ? ਖੁਸ਼ੀ ਹੁੰਦੀ ਹੈ ਖਾਸ ਕਰਕੇ ਮਰੀਜ਼ਾਂ ਨੂੰ। ਹੁਣ ਅਸੀਂ ਗੁਰਦੁਆਰਿਆਂ ਦੇ ਵਿੱਚ ਲੰਗਰ ਲੱਗੇ ਹੁੰਦੇ ਹਨ ਔਰ ਉੱਥੇ ਵੀ ਲੋਕ ਰੱਜਿਆਂ ਨੂੰ ਅਸੀਂ ਰਜਾਉਂਦੇ ਹਾਂ, ਲੋਕ ਘਰੋਂ ਵੀ ਰੋਟੀ ਖਾ ਕੇ ਗਏ ਹੁੰਦੇ ਨੇ ਔਰ ਉੱਥੇ ਵੀ ਅਸੀਂ ਲੰਗਰ ਇੱਕ ਵਿਖਾਵੇ ਦਾ ਲੰਗਰ ਲਾਉਂਦੇ ਹਾਂ। ਅਗਰ ਅਸਲੀ ਲੰਗਰ ਦੀ ਗੱਲ ਕਰੀਏ ਤੇ ਅਸਲੀ ਲੰਗਰ ਆਹ ਹੈ, ਜਿਹੜੇ ਮਰੀਜ਼ ਹਨ ਸਵੇਰ ਤੋਂ ਭੁੱਖੇ ਧਿਆਏ ਆਉਂਦੇ ਹਨ ਔਰ ਉਹ ਇੱਥੇ ਲੰਗਰ ਛਕ ਰਹੇ ਹਨ ਬਾਬੇ ਨਾਲ। ਆ ਦੇਖੋ ਬੱਚੇ, ਹਾਂ ਬੇਟੇ ਕੀ ਨਾਮ ਤੁਹਾਡਾ? ਅੱਛਾ ਅੱਛਾ, ਕੋਈ ਨੀ, ਇਹ ਬੱਚਾ ਮਸ਼ਹੂਰ, ਹਾਂ ਲੰਗਰ ਛਕ ਖਾਣ ਲੱਗੇ ਨੇ ਬੱਚੇ। ਇਹ ਹੈ ਵੀਰੇ ਲੰਗਰ ਦੀ ਜਿਹੜੀ ਅਸਲ ਪਰਿਭਾਸ਼ਾ ਹੈ। ਲਓ ਬੇਟੇ ਲਓ ਲਓ, ਦੇਖੋ ਕਿਵੇਂ ਲੋਕ ਦੋ ਹੱਥ ਕਰਕੇ ਪ੍ਰਸ਼ਾਦਾ, ਇਹ ਵੀਰ ਜੀ ਨੇ ਸਵੇਰੇ ਅਰਦਾਸ ਕਰਕੇ ਭੋਗ ਲਾ ਕੇ ਫਿਰ ਇੱਥੇ ਲੈ ਕੇ ਆਉਂਦੇ ਨੇ ਲੰਗਰ। ਇੱਧਰ ਮੈਡੀਸਨ ਦਵਾਈਆਂ ਦਾ ਲੰਗਰ ਲੱਗਾ ਹੈ ਔਰ ਇੱਧਰ ਪ੍ਰਸ਼ਾਦੇ ਪਾਣੀ ਦਾ, ਔਰ ਸਾਹਮਣੇ ਹੋਸਪਿਟਲ ਬਣ ਰਿਹਾ ਹੈ ਵੀਰਿਓ, ਜੋ ਸਾਡੇ ਜ਼ਿਲ੍ਹੇ ਦਾ ਸਭ ਤੋਂ ਵੱਡਾ, ਸਭ ਤੁਹਾਡੇ ਸਾਥ ਨਾਲ ਹੈ। ਔਰ ਇੱਧਰ ਹਜ਼ਾਰਾਂ ਦੇ ਹਿਸਾਬ ਨਾਲ ਵੇਖੋ ਲੋਕ ਸੰਗਤ ਖੜੀ ਹੈ, ਲੋਕ ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਏ, ਸਭ ਤੁਹਾਡੇ ਸਾਥ ਨਾਲ। ਦੋ ਮਿੰਟ ਬਸ, ਹਾਂਜੀ ਆ ਫੜਿਓ ਕੈਮਰਾ, ਹਾਂਜੀ। ਔਰ ਇੱਥੇ ਮੈਂ ਇੱਕ ਹੋਰ ਖਾਸ ਗੱਲ ਵੀ ਕਹਾਂਗਾ ਕਿ ਜਿਹੜਾ ਹੋਸਪਿਟਲ ਬਣਾ ਰਹੇ ਹਾਂ ਵੀਰਿਓ ਅਸੀਂ, ਇਹ ਹੋਸਪਿਟਲ ਸਾਡੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਹੋਸਪਿਟਲ ਹੈ ਔਰ ਇੱਥੇ ਅਸੀਂ ਜਿਹੜੇ ਖਾਸ ਡਾਕਟਰ ਹਨ, ਮਾਹਿਰ ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਇੱਥੇ ਸਾਡੇ ਕੰਮ ਕਰੇਗੀ ਔਰ VIP ਫੈਸਿਲਿਟੀਆਂ ਦੇ ਨਾਲ ਦੀਨ ਦੁਖੀ ਬੇਸਹਾਰੇ ਲੋਕਾਂ ਦੇ ਜਿਹੜੇ ਇਲਾਜ ਕੀਤੇ ਜਾਣਗੇ। ਔਰ ਮੈਂ ਇੱਥੇ ਇੱਕ ਹੋਰ ਵੀ ਗੱਲ ਕਹਾਂਗਾ ਕਿ ਜਿਹੜੇ ਡਾਕਟਰ ਸਾਡੇ ਡਾਕਟਰ ਭਰਾ ਹਨ, ਉਹਨਾਂ ਨੂੰ ਮੇਰਾ ਇੱਕ ਬੜਾ ਖਾਸ ਮੈਸੇਜ ਹੈ ਕਿ ਜੇ ਕੋਈ ਡਾਕਟਰ ਜਿਹੜੇ ਹਨ, ਕੋਈ ਸੀਨੀਅਰ ਡਾਕਟਰ, ਕੋਈ ਮਾਹਿਰ ਡਾਕਟਰ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਖੁੱਲ੍ਹਾ ਸੱਦਾ ਹੈ ਸਾਡੇ ਵੱਲੋਂ। ਉਹ ਜਿੱਥੇ ਵੀ ਕਿਤੇ ਜੌਬ ਕਰਦੇ ਹਨ ਉਹਦੇ ਨਾਲੋਂ ਅਸੀਂ ਵੱਧ ਸੈਲਰੀ ਪ੍ਰੋਵਾਈਡ ਕਰਾਂਗੇ, ਵੱਧ ਫੈਸਿਲਿਟੀਆਂ ਦੇਵਾਂਗੇ, ਪਰ ਸਾਨੂੰ ਇੱਕ ਮਾਹਿਰ ਡਾਕਟਰਾਂ ਦੀ ਵੀ ਲੋੜ ਹੈ ਵੀਰਿਓ। ਔਰ ਡਾਕਟਰਾਂ ਵਾਸਤੇ ਵੀ ਬੜਾ ਸੁਨਹਿਰੀ ਮੌਕਾ ਹੈ, ਜਿਹੜੇ ਡਾਕਟਰ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ, ਕਿਉਂਕਿ ਇੱਥੇ ਗਰੀਬਾਂ ਦੇ ਫ੍ਰੀ ਇਲਾਜ ਹੋਣੇ ਨੇ ਔਰ ਸੈਲਰੀ ਦੂਜੇ ਹੋਸਪਿਟਲਾਂ ਨਾਲੋਂ ਵੀ ਅਸੀਂ ਵੱਧ ਪ੍ਰੋਵਾਈਡ ਕਰਾਂਗੇ ਔਰ ਉਹਨਾਂ ਡਾਕਟਰਾਂ ਦੇ ਹੱਥੋਂ ਲੋਕਾਂ ਦੇ ਇਲਾਜ ਵੀ ਫ੍ਰੀ ਹੋਣੇ ਨੇ। ਇਹ ਬੜਾ ਵਧੀਆ ਇੱਕ ਡਾਕਟਰਾਂ ਵਾਸਤੇ ਵੀ ਆਪਸ਼ਨ ਹੈ ਵੀਰਿਓ, ਅਤੇ ਬਾਕੀ ਸਭ ਤੁਹਾਡੇ ਸਾਥ ਨਾਲ ਹੈ, ਤੁਸੀਂ ਜੁੜੇ ਹੋ ਪਰ ਸੇਵਾ ਹੋ ਰਹੀ ਹੈ। ਔਰ ਇਹ ਵੀਰ ਜੀ ਵੀ ਸੇਵਾ ਦੇਣ ਵਾਸਤੇ ਆਏ ਨੇ ਭਾਜੀ, ਕਿੱਥੋਂ ਆਏ ਤੁਸੀਂ? ਜਲਾਲਾਬਾਦ ਹੈ ਜੀ। ਅੱਛਾ, ਜਲਾਲਾਬਾਦ ਪਿੰਡ ਤੋਂ ਆਏ ਨੇ, ਕੀ ਸ਼ੁਭ ਨਾਮ ਤੁਹਾਡਾ? ਗੁਰਮੀਤ ਸਿੰਘ। ਗੁਰਮੀਤ ਸਿੰਘ, ਇੱਦਾਂ ਲੋਕ ਵੀਰਿਓ ਰੱਬ ਰੂਪ ਲੋਕ ਸਾਡੇ ਵਾਸਤੇ ਕਿਸੇ ਫਰਿਸ਼ਤੇ ਨਾਲੋਂ ਘੱਟ ਨਹੀਂ, ਕਿਉਂਕਿ ਇਹਨਾਂ ਦੇ ਸਾਥ ਨਾਲ ਹੀ ਇਹਨਾਂ ਦੁਨੀਆਂ ਦਾ ਜਿਹੜਾ ਵਾ ਭਲਾ ਹੋ ਰਿਹਾ। ਆ 20,000 ਦੀ ਸੇਵਾ ਵੀਰੇ ਆਪਣੀ ਨੇਕ ਕਿਰਤ ਕਮਾਈ ਚੋਂ ਭਾਜੀ ਹੁਣਾਂ ਨੇ ਦਾਨ ਕੀਤੀ ਹੈ ਔਰ ਇੱਧਰ ਵੀਰ ਜੀ ਹੁਣੀ ਹੀ ਜਿਨ੍ਹਾਂ ਨੇ ਮਤਲਬ 10,000 ਦਾਨ ਕੀਤਾ ਹੈ ਔਰ ਸਭ ਵੀਰੇ ਇੱਧਰੋਂ ਪ੍ਰਸ਼ਾਦੇ ਦੇ ਲੰਗਰ ਲਵਾਏ ਹੋਏ ਹਨ ਦਵਿੰਦਰ ਭਾਜੀ ਹੁਣਾਂ ਨੇ ਔਰ ਲੋਕਾਂ ਦਾ ਭਲਾ ਹੋ ਰਿਹਾ ਹੈ। ਇਹ ਵੀਰ ਜੀ ਵੀ ਸੇਵਾ ਦੇਣ ਵਾਸਤੇ ਆਏ ਨੇ, ਦਾਲਮ ਨੰਗਲ ਪਿੰਡ ਜ਼ਿਲ੍ਹਾ ਗੁਰਦਾਸਪੁਰ। ਔਰ ਕੀ ਸਭ ਨਾਮ ਤੁਹਾਡਾ? ਜਗਰੂਪ ਸਿੰਘ ਹੈ ਇਸ ਵੀਰ ਦਾ ਨਾਮ ਵੀਰੇ। ਔਰ ਇਹਨਾਂ ਨੇ 5,000 ਦੀ ਸੇਵਾ ਵੀਰੇ ਆਪਣੀ ਨੇਕ ਕਿਰਤ ਕਮਾਈ ਚੋਂ ਦਿੱਤੀ ਹੈ। ਇਹ ਵੀਰ ਕਿਸੇ ਫਰਿਸ਼ਤੇ ਨਾਲੋਂ ਵੀਰੇ ਘੱਟ ਨੇ, ਸਾਡੇ ਵਾਸਤੇ ਰੱਬ ਦਾ ਦੂਸਰਾ ਰੂਪ ਹਨ ਜਿਨ੍ਹਾਂ ਵੀਰਾਂ ਦੇ ਸਾਥ ਨਾਲ ਇੱਦਾਂ ਦੇ ਲੋਕਾਂ ਦੇ ਇਲਾਜ ਹੋ ਰਹੇ ਹਨ। ਜਿਵੇਂ ਇਹ ਮਸੂਮ ਬੱਚੀ ਹੈ, ਅੱਜ ਬੇਟਾ ਆਜੋ ਆਜੋ, ਇਹ ਬੱਚੀ
ਇਹਦਾ ਪਿਤਾ ਇਹਦਾ ਪਿਤਾ ਸ਼ਰਾਬੀ ਕਿਤਾਬੀ ਹੈ ਪਿਤਾ ਸ਼ਰਾਬੀ ਕਿਤਾਬੀ ਹੈ ਮਾਂ ਇਹਦੀ ਛੱਡ ਕੇ ਇਹਨੂੰ ਚਲੀ ਗਈ ਹੈ ਔਰ ਸਕੂਲ ਇਹ ਦਾਦੀ ਇਹਨੂੰ ਵਿਚਾਰੀ ਨੂੰ ਪਾਲ ਰਹੀ ਹੈ ਔਰ ਮਦਦ ਵਾਸਤੇ ਇੱਦਾਂ ਲੋਕ ਆਉਂਦੇ ਨੇ ਕਿਸੇ ਦਾ ਆਪਰੇਸ਼ਨ ਹੋਣਾ ਹੈ ਕਿਸੇ ਦਾ ਅੱਜ ਵੀ ਤੁਸੀਂ ਅੱਜ ਲੱਗ ਗਿਆ ਹਾਂ ਇਹ ਬੱਚੇ ਨੂੰ ਲੈ ਕੇ ਜਾਓ ਤੁਹਾਨੂੰ ਉਦੋਂ ਦਾ ਕਿਹਾ ਤੇਗਾ ਲੈ ਕੇ ਜਾਓ ਆਹ ਬੱਚੇ ਨੂੰ ਜਿਵੇਂ ਬੁਖਾਰ ਹੈ ਚਲੋ ਲੈ ਕੇ ਜਾਓ ਹਾਂ ਪਿੱਛੇ ਥੋੜੇ ਹਾਂਜੀ ਹਾਂ ਲੈ ਜੇ ਪਹੁੰਚ ਨਹੀਂ ਲੈ ਕੇ ਦਿੰਦੇ ਆ ਪਤਾ ਨਹੀਂ ਇਧਰੋਂ ਹਾਂ ਸਤਿ ਸ਼੍ਰੀ ਅਕਾਲ ਧਿਆਨ ਨਾਲ ਦੇਖੋ ਨਾ ਕੋਈ ਅੰਦਰ ਵੇਖੋ ਧਿਆਨ ਨਾਲ ਮਤਲਬ ਆਰਾਮ ਨਾਲ ਆਓ ਕੋਈ ਨੀ ਲੈ ਦੇ ਕੋਈ ਨੀ ਮਾਤਾ ਜੀ ਬੈਠੋ ਆਰਾਮ ਨਾਲ ਨੰਬਰ ਦੇ ਦਿਓ ਕਰਾ ਲੈਂਦੇ ਹਾਂਜੀ ਇਹ ਤੁਹਾਨੂੰ ਲੈ ਕੇ ਦਿੰਦੇ ਦਵਾਈ ਹੈ ਨਾ ਉਧਰਲੇ ਬਣੇ ਪਿਛਲੇ ਬਣੇ ਚੱਲ ਜਾਓ ਪਿੱਛੇ ਇੱਧਰ ਆਓ ਠੀਕ ਹੈ ਇੱਥੇ ਬਹਿ ਜਾਓ ਦਵਾਈਆਂ ਵਾਲਾ ਮੁੰਡਾ ਤੁਹਾਨੂੰ ਲੈ ਕੇ ਦਿੰਦਾ ਸਾਰਾ ਆਰਾਮ ਨਾਲ ਸਾਰਿਆਂ ਨੂੰ ਮਿਲੇਗੀ ਦਵਾਈ ਕੋਈ ਨੀ ਕੋਈ ਨੀ ਇੱਧਰ ਨੂੰ ਆ ਜਾ ਕਵਰ ਕਰ ਦਿਓ ਇੱਧਰ ਕਰਦੇ ਵਾਰੀ ਵਾਰੀ ਗੱਲ ਚਲੋ ਕੋਈ ਨੀ ਬੈਠੋ ਕਰਦੇ ਆ ਸਾਰਿਆਂ ਨਾਲ ਵਾਰੀ ਵਾਰੀ ਗੱਲ ਕਰਦੇ ਹਾਂ ਇਹ ਬੱਚੀ ਵਿਚਾਰੀ ਬੜੀ ਸੀਰੀਅਸ ਸਾਡੇ ਕੋਲ ਆਈ ਹੈ ਜਿਵੇਂ ਵੇਖੇ ਤੁਸੀਂ ਬੁੱਲ ਖੱਟੇ ਹੋ ਗਏ ਨੇ ਬੱਚੀ ਦੇ ਰੰਗ ਖੱਟਾ ਹੈ 3 ਗ੍ਰਾਮ ਖੂਨ ਵਿੱਚ ਔਰ ਆਪਰੇਸ਼ਨ ਡਾਕਟਰ ਨੇ ਤੁਰੰਤ ਇਲਾਜ ਵਾਸਤੇ ਕਿਹਾ ਹੈ ਬੈਠੋ ਮੈਂ ਭੇਜਦਾ ਇਹਨਾਂ ਨੂੰ ਵੀ ਬੈਠੋ ਇੱਥੇ ਉਹ ਕਿੱਥੇ ਅੰਕਲ ਕਿੱਥੇ ਗਏ ਹੈਲੋ ਆਹ ਬੱਚੀ ਨੂੰ ਵੀ ਲੈ ਕੇ ਜਾਇਓ ਜਾਓ ਉੱਧਰ ਉਹਨਾਂ ਦੇ ਨਾਲ ਜਾਓ ਤੁਮ ਆਹ ਬੱਚੀ ਨੂੰ ਵੀ ਜਲਦੀ ਲੈ ਕੇ ਜਾਓ ਨਾਲ ਇਹ ਕਸ਼ਮੀਰ ਸਿੰਘ ਕਸ਼ਮੀਰ ਮਸੀਹ ਅੰਕਲ ਨੇ ਸਾਡੇ ਇਹ ਵਿਚਾਰੇ ਨਾਲ ਸੇਵਾ ਕਰਦੇ ਮਰੀਜ਼ਾਂ ਨੂੰ ਲੈ ਕੇ ਜਾਂਦੇ ਨੇ ਸਭ ਤੁਹਾਡੇ ਸਾਥ ਨਾਲ ਹਾਂਜੀ ਵੀਰੇ ਇੱਦਾਂ ਤੁਸੀਂ ਦੇਖ ਰਹੇ ਹੋ ਕਿ ਸਭ ਤੁਹਾਡੇ ਹਾਂ ਹਾਂ ਇਹ ਭੈਣ ਨੂੰ ਕੈਂਸਰ ਹੈ ਚਲੋ ਕੋਈ ਨੀ ਕੋਈ ਨੀ ਮੈਂ ਹਾਂ ਬੇਟਾ ਇੱਧਰ ਆਓ ਤੁਸੀਂ ਇਹਨਾਂ ਨੂੰ ਤੁਹਾਨੂੰ ਖਾਣਾ ਪਹਿਲਾਂ ਹਸਪਤਾਲ ਠੀਕ ਆ ਕਰਦੇ ਵਿਖਾ ਲੈਂਦੇ ਆ ਕੋਈ ਗੱਲ ਨਹੀਂ ਦੋ ਮਿੰਟ ਕਰ ਲਓ ਭਾਈ ਇੱਧਰ ਇਹ ਹੁਣ ਇਹ ਛੋਟੇ ਛੋਟੇ ਬੱਚੇ ਆਏ ਹਨ ਨੰਨੀਆਂ ਜਾਨਾਂ ਆਈਆਂ ਹਨ ਵੀਰੇ ਸਾਡੇ ਕੋਲ ਮਦਦ ਵਾਸਤੇ ਬੱਚੇ ਕਿਸੇ ਨੇ ਵਰਦੀ ਲੈਣੀ ਹੈ ਸਕੂਲ ਦੀ ਫੀਸ ਕਿਸੇ ਨੂੰ ਖਰਚੇ ਦੀ ਲੋੜ ਹੈ ਇਹ ਬੱਚੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਚੀਜ਼ ਬੜੀ ਆਪਣੇ ਆਪ ਦੇ ਵਿੱਚ ਕੋਈ ਖਾਸ ਗੱਲ ਹੋ ਜਾਂਦੀ ਹੈ ਕਿ ਮਰੀਜ਼ ਆਉਂਦੇ ਹਨ ਸਾਡੇ ਕੋਲ ਕਿਸੇ ਦਾ ਆਪਰੇਸ਼ਨ ਹੋਣਾ ਅੱਖਾਂ ਦਾ ਔਰ ਮਰੀਜ਼ਾਂ ਦੇ ਨਾਲ ਨਾਲ ਲੋਕ ਦਵਾਈਆਂ ਵੀ ਲੈ ਰਹੇ ਨੇ ਇੱਧਰ ਉੱਧਰ ਇਹਨੂੰ ਸਾਹਮਣੇ ਤੁਸੀਂ ਦੇਖ ਲਓ ਕਿ ਕਿੱਦਾਂ ਲੰਬੀਆਂ ਲਾਈਨਾਂ ਲੱਗੀਆਂ ਹਨ ਦਵਾਈਆਂ ਦੀ ਔਰ ਨਾਲ ਦੀ ਨਾਲ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਵੀਰ ਜੀ ਹੁਣਾਂ ਵੱਲੋਂ ਲੰਗਰ ਦੀ ਸੇਵਾ ਔਰ ਜਿਹੜੀ ਸਭ ਤੋਂ ਖਾਸ ਗੱਲ ਹੈ ਕਿ ਮਾਸੂਮ ਛੋਟੇ ਛੋਟੇ ਬੱਚੇ ਵੀ ਆਉਂਦੇ ਹਨ ਜਿਨ੍ਹਾਂ ਦੀ ਕੋਈ ਸਕੂਲ ਦੀ ਫੀਸ ਨਹੀਂ ਤਰਦੀ ਜਾਂ ਜਿਨ੍ਹਾਂ ਨੂੰ ਵਰਦੀ ਦੀ ਲੋੜ ਹੈ ਰਾਸ਼ਨ ਮੁੱਕਾ ਹੁੰਦਾ ਹੈ ਇੱਦਾਂ ਵੀ ਲੋਕ ਹਰ ਤਰ੍ਹਾਂ ਦੇ ਲੋਕ
ਆਉਂਦੇ ਨੇ ਸਾਡੇ ਕੋਲ ਆਪਣੀਆਂ ਆਪਣੀਆਂ। ਇਹ ਭੈਣ ਦੀਆਂ ਅੱਖਾਂ ਦਾ ਆਪਰੇਸ਼ਨ ਅਸੀਂ ਇਲਾਜ ਵੈਸੇ ਕਰਵਾ ਰਹੇ ਹਾਂ ਔਰ ਚੰਡੀਗੜ੍ਹੋਂ ਚੱਲਦਾ ਪਿਆ ਹੈ ਇਲਾਜ ਦੀਆਂ। ਤਿੰਨ ਧੀਆਂ ਹਨ ਇਸ ਭੈਣ ਦੀਆਂ ਔਰ ਡਾਕਟਰਾਂ ਨੇ ਕਿਹਾ ਵੀ ਇਹਦੀਆਂ ਅੱਖਾਂ ਦੀ ਰੋਸ਼ਨੀ ਇੱਕਦਮ ਖਤਮ ਹੋ ਜਾਣੀ ਹੈ ਜੇ ਇਲਾਜ ਨਾ ਟਾਈਮ ਦੇ ਨਾਲ ਨਾ ਹੋਇਆ, ਔਰ ਇਹਦਾ ਇਲਾਜ ਅਸੀਂ ਕਰਵਾ ਰਹੇ ਹਾਂ। ਔਰ ਇੱਥੋਂ ਤੁਸੀਂ ਇਹ ਵੇਖੋ ਕਿ ਜੇ ਨਾ ਇਲਾਜ ਕਰਾਉਂਦੇ ਇਹਦੀਆਂ ਅੱਖਾਂ ਖਤਮ ਰੋਸ਼ਨੀ ਨਾ ਚਲੀ ਜਾਂਦੀ ਤਾਂ ਤਿੰਨ ਧੀਆਂ ਨੂੰ ਕਿੰਨੇ ਸਾਂਭਣਾ ਸੀ। ਭੈਣ ਜੀ ਕੀ ਹੁਣ ਕੀ ਕਹਿੰਦੇ? ਹਾਂਜੀ ਇਲਾਜ ਚੱਲਦਾ ਪਿਆ ਜੋ, ਤੇ ਕਹਿੰਦੇ ਇੱਕ ਟੈਸਟ ਰਹਿ ਗਿਆ ਤੇ ਬਾਅਦ ਪ੍ਰੈਸ਼ਨ ਹੋਣਾ। ਇਹਨਾਂ ਦਾ ਵੀ ਕਰਾਉਂਦੇ ਭੈਣ ਜੀ ਉਹਨਾਂ ਦਾ? ਹਾਂ ਸਭ ਹਾਂ ਕਰਾਉਂਦੇ ਕਰਾਉਂਦੇ ਭੈਣ ਜੀ ਕਰਾਉਂਦੇ ਆ। ਹਾਂਜੀ ਮੈਂ ਤਾਂ ਜੀ ਦੱਸੋ ਤੁਸੀਂ ਇਹਦੀ ਫੀਸ ਨਹੀਂ ਤੁਹਾਡੀ ਤਿੰਨਾਂ ਮਹੀਨਿਆਂ ਦੀ ਹੋਈ ਹੈ ਜਮਾਂ ਤੇ ਹੁਣ ਸਾਡੇ ਕੋਲ ਤਾਂ ਕੋਈ ਨਹੀਂ ਕੋਈ ਨਹੀਂ। ਇਹ ਬਜ਼ੁਰਗ ਮਾਤਾ ਵਿਚਾਰੀ ਆਈ ਹੈ ਔਰ ਸਭ ਵੀਰੇ ਤੁਹਾਡੇ ਸਾਥ ਨਾਲ ਤੁਸੀਂ ਜੁੜੇ ਹੋ ਔਰ ਇਹ ਸੇਵਾ ਹੋ ਰਹੀ ਹੈ ਔਰ ਮਾੜਾ ਜਿਹਾ ਮੈਂ ਹੱਥ ਜੋੜ ਕੇ ਇੱਕ ਬੇਨਤੀ ਜ਼ਰੂਰ ਕਰਾਂਗਾ। ਮਾੜੀ ਜਿਹੀ ਉਂਗਲੀ ਦਬਾ ਕੇ ਮਾੜੀ ਜੀ ਬਸ ਉਂਗਲੀ ਲਾਉਣੀ ਹੁੰਦੀ ਹੈ ਸਕਰੀਨ 'ਤੇ ਤੁਹਾਡੇ ਵੱਲੋਂ ਸਮਝ ਲਓ ਕਿ ਕਰੋੜਾਂ ਦੀ ਸੇਵਾ ਹੋ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ ਕਿ ਮਾੜੀ ਜਿਹੀ ਉਂਗਲੀ ਦਬਾ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਔਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਸੇਵਾ ਹੈ। ਤੁਸੀਂ ਵੀਡੀਓ ਸ਼ੇਅਰ ਕੀਤੀ ਅਤੇ ਜਿਵੇਂ ਆਹ ਵੀਰ ਸਾਨੂੰ ਸੇਵਾ ਦੇਣ ਵਾਸਤੇ ਆਏ ਹਨ ਇਹ ਵੀਡੀਓ ਵੇਖ ਕੇ ਆਏ ਨੇ। ਜੇ ਇੱਧਰ ਆਏ ਹਨ ਵੀਰ ਲੋਕ ਵਿਚਾਰੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਅਤੇ ਲੋਕ ਇੱਕ ਦੂਜੇ ਨਾਲ ਜੁੜਦੇ ਹਨ। ਸਭ ਤੋਂ ਵੱਡੀ ਸੇਵਾ ਇਹੋ ਹੀ ਆ ਕਿ ਵੀਡੀਓ ਨੂੰ ਮਾੜੀ ਜੁੰਗਲੀ ਦਬਾ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰਿਓ। ਇਹੀ ਸਾਡੇ ਵਾਸਤੇ ਸਭ ਤੋਂ ਵੱਡੀ ਤੁਹਾਡੇ ਵੱਲੋਂ ਮਤਲਬ ਇੱਕ ਸੇਵਾ ਹੁੰਦੀ ਹੈ। ਬਾਕੀ ਸਭ ਤੁਹਾਡੇ ਸਾਥ ਨਾਲ ਵੀਰਿਓ ਗੁਰਦੁਆਰੇ ਮੰਦਰ ਮਸੀਤਾਂ 'ਚ ਪੈਸਾ ਦੇਣ ਦੀ ਬਜਾਏ ਸਾਨੂੰ ਇਵੇਂ ਦੇ ਜੋ ਦੀਨ ਦੁਖੀ ਬੇਸਹਾਰਾ ਲੋਕ ਹਨ ਇਹਨਾਂ ਦੀ ਮਦਦ ਹੀ ਪਰਮਾਤਮਾ ਦੀ ਸਭ ਤੋਂ ਸੱਚੀ ਅਤੇ ਉੱਚੀ ਭਗਤੀ ਹੈ ਵੀਰੇ। ਔਰ ਹੁਣ ਹੌਸਪੀਟਲ ਚਲੋ ਜਲਦੀ ਤੋਂ ਜਲਦੀ ਇਹਦੀ ਅਸੀਂ ਓਪਨਿੰਗ ਕਰਾਂਗੇ ਔਰ ਸਭ ਵੀਰੇ ਤੁਹਾਡੇ ਸਾਥ ਨਾਲ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਚੱਲਦਾ ਰਹੇ ਹਾਂ ਹੁਣ ਦੱਸੋ ਮੈਨੂੰ ਜਲਦੀ ਟੈਸਟ ਇੱਧਰ ਆਓ ਦੱਸੋ ਅਲਟਰਾਸਾਊਂਡ ਵਾਲੇ ਪਹਿਲਾਂ ਅੱਗੇ ਆ ਜਾਓ ਅਲਟਰਾਸਾਊਂਡ। ਠੀਕ ਹੈ ਭਾਅ ਜੀ ਆਪਣਾ ਨੰਬਰ ਲਿਖਾ ਦਿਓ ਮੈਨੂੰ ਦੋ ਮਿੰਟ ਖਲਿਓ ਦੋ ਮਿੰਟ ਮੈਨੂੰ ਅਲਟਰਾਸਾਊਂਡ ਅਲਟਰਾਸਾਊਂਡ ਵਾਲੇ ਕਿਹੜੇ ਨੇ? ਹਾਂ ਆ ਜਾਓ ਆ ਜਾਓ ਜਿਹਨਾਂ ਅਲਟਰਾਸਾਊਂਡ ਵਾਲੀ ਕਰਾਉਣੀ ਇੱਦਾਂ ਵੀਰੇ ਜਿਵੇਂ ਅਲਟਰਾਸਾਊਂਡ ਤੁਸੀਂ ਦੇਖਿਆ ਕਿ ਇਹ 13-14 ਅਲਟਰਾਸਾਊਂਡ ਹਨ ਜਿਹੜੀ ਇੱਕ ਅਲਟਰਾਸਾਊਂਡ 800-900 ਰੁਪਏ ਦੀ ਹੁੰਦੀ ਹੈ ਔਰ ਇੱਦਾਂ ਹੀ ਜਿਵੇਂ ਅਲਟਰਾਸਾਊਂਡ ਟੈਸਟ ਸਾਰਾ ਦਿਨ ਕੋਈ 40-30-40-50 ਹਜ਼ਾਰ ਦੇ ਟੈਸਟ ਹੋ ਜਾਂਦੇ ਨੇ ਰੋਜ਼ ਔਰ 1-1.5 ਲੱਖ ਰੁਪਏ ਦੀ ਡੇਲੀ ਦਵਾਈ ਸਾਡੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਕਿ ਲੈਣਾ ਲੱਗੀਆਂ ਹਨ ਮੈਡੀਕਲ ਸਟੋਰ ਦੇ ਬਾਹਰ ਔਰ ਡੇਲੀ ਦਵਾਈ 1-1.5 ਲੱਖ ਰੁਪਏ ਦੀ ਦਵਾਈ ਲੋਕ ਖੜ੍ਹਦੇ ਹਨ ਔਰ ਜਿਹੜੇ ਮਰੀਜ਼ ਹਨ ਆਪਰੇਸ਼ਨ ਵਗੈਰਾ ਕਈ ਵਾਰ ਸਾਡਾ ਇੱਕ ਦਿਨ ਦਾ 3-3-4-4 ਲੱਖ ਰੁਪਇਆ ਦਾ ਵੀ ਖਰਚਾ ਹੋ ਜਾਂਦਾ ਹੈ ਔਰ ਸਭ ਵੀਰੇ ਇੱਦਾਂ ਸਾਥ ਨਾਲ ਹੈ ਔਰ ਇਹ ਸ਼ਰਮ ਆਉਣੀ ਚਾਹੀਦੀ ਹੈ ਵੀਰੇ ਜਿਹੜੀ ਸ਼੍ਰੋਮਣੀ ਕਮੇਟੀ ਹੈ
ਸਾਡੇ ਪੰਜਾਬ ਦੇ ਗੁਰਦੁਆਰੇ ਦਾ ਕਰੋੜਾਂ ਰੁਪਇਆ ਇਕੱਠਾ ਕੀਤਾ, ਇਹਨਾਂ ਨੂੰ ਵੀ ਤੇ ਜਿਹੜੀ ਪੰਜਾਬ ਸਰਕਾਰ ਹੈ, ਅਫਸਰ ਸ਼ਾਹੀ ਹੈ, ਮੰਤਰੀ ਹਨ, ਇਹਨਾਂ ਨੂੰ ਵੀ ਨੱਕ ਡੋਬ ਕੇ ਮਰਨਾ ਚਾਹੀਦਾ ਵੀਰੇ, ਕਿ ਸਾਡੇ ਵਰਗੇ ਬੰਦੇ ਇੱਦਾਂ ਲੋਕਾਂ ਦੀ ਸੇਵਾ ਕਰ ਰਹੇ ਹਨ, ਔਰ ਇਹ ਜਿਹੜਾ ਖੁਦ ਇਹਨਾਂ ਦੇ ਕੋਲ ਖਜ਼ਾਨੇ ਨੇ, ਔਰ ਇਹ ਪੂਰੀ ਤਰ੍ਹਾਂ ਲੋਕਾਂ ਨੂੰ, ਸਗੋਂ ਇਹ ਪਿਆ ਇਹਨਾਂ ਲੋਕਾਂ ਦਾ ਹੱਕ ਖਾ ਰਹੇ ਹਨ, ਲੁੱਟ ਲੁੱਟ ਕੇ ਵਿਚਾਰੇ ਹਨ। ਚਲੋ ਠੀਕ ਹੈ, ਚਲੋ ਕੱਟ ਦਿਓ ਫਿਰ ਕੈਮਰਾ ਕਰ ਦਿਓ।